ਤੁਸੀਂ ਮੋਸਟਲੀ ਦੇਖੋਗੇ ਕਿ ਜਿਹੜੇ 1 ਨੰਬਰ ਵਾਲੇ ਵਿਅਕਤੀ ਹੋਣਗੇ ਨਾ ਉਹ ਜ਼ਿਆਦਾਤਰ ਸੋਸ਼ਲ ਹੋਣਾ ਪਸੰਦ ਨਹੀਂ ਕਰਦੇ। ਤਾਂ ਕਾਫੀ ਹੱਦ ਤੱਕ 1 ਨੰਬਰ ਵਾਲੇ ਬੰਦੇ ਜੀਵਨ ਦੇ ਵਿੱਚ ਇਕੱਲੇ ਰਹਿ ਜਾਂਦੇ ਆ। ਇਹ 네ਗੇਟਿਵ ਪੁਆਇੰਟ ਹੈ। ਸਿਕੰਦਰ ਦਾ ਨੰਬਰ 1 ਸੀ। ਹੂੰ ਤਾਂ ਅੰਬੀਸ਼ਸ ਬਹੁਤ ਹੁੰਦੇ ਆ। ਹੂੰ ਲੀਡ ਕਰਦੇ ਆ। ਲੀਡ ਕਰਨ ਦੀ ਇੱchnਾ ਚ ਹੁੰਦੀ ਹੈ ਕਿ ਅਸੀਂ ਅੱਗੇ ਰਹੀਏ। ਨਹੀਂ ਅਸੀਂ ਕਿਹੜੇ 1 ਤੋਂ ਲੈ ਕੇ 9 ਤੱਕ ਹੀ ਕਾਊਂਟ ਕਰਦੇ ਆ ਜਾਂ ਉਸ ਤੋਂ ਬਾਅਦ ਫਿਰ 11 12 ਵੀ ਹੁੰਦੀ ਨਹੀਂ? ਕਿਸੇ ਦੀ ਡੇਟ ਆਫ ਬਰਥ ਸਪੋਜ਼ 10 ਸਿਆ ਤਾਂ ਆਪਾਂ ਲਾਸਟ ਦੇ ਵਿੱਚ ਇੱਕ ਅੰਕ ਲੈਣਾ ਹੈ 1 0 ਕਿੰਨਾ ਹੋ ਗਿਆ 1 1 ਉਹਨੂੰ 1 ਮੰਨਿਆ ਜਾਏਗਾ 13 ਨੰਬਰ ਹੋ ਗਿਆ 3 1 4 22 2 2 4 31 ਡੇਟ ਆਫ ਬਰਥ 3 1 4 ਇਹ ਬੰਦੇ ਰਾਜਨੀਤੀ 'ਚ ਬਹੁਤ ਅੱਗੇ ਜਾਂਦੇ ਆ ਓਕੇ 8 ਨੰਬਰ ਡੈਸਟੀਨੀ ਭਾਗ ਹੈ ਆਫਟਰ 32 ਸਟੇਬਿਲਟੀ ਆਏਗੀ ਲਾਈਫ 'ਚ ਓਕੇ 35 36 40 ਜਿੱਦਾਂ ਜਿੱਦਾਂ ਏਜ ਵਧਦੀ ਜਾਏਗੀ ਤੁਸੀਂ ਸਟੇਬਲ ਹੁੰਦੇ ਜਾਓਗੇ ਸਾਡਾ ਪਲੇਟਫਾਰਮ ਸਟੇਬਲ ਹੁੰਦਾ ਜਾਏਗਾ ਇੰਦਾ ਕੰਬੀਨੇਸ਼ਨ ਚਾਹੀਦਾ ਤੁਸੀਂ ਮੋਸਟ ਆਫ ਦਾ ਪੀਪਲ ਜਿਹੜੇ ਬੁਢਾਪੇ ਜਾ ਕੇ ਸਕਸੈਸ ਛੁੰਦੇ ਆ 8 8 ਦਾ ਕਿਤੇ ਨਾ ਕਿਤੇ ਯੋਗਦਾਨ ਉਹਨਾਂ ਦੀ ਲਾਈਫ ਚ ਜ਼ਰੂਰ ਹੋਏਗਾ ਜਾਂ ਉਹਨਾਂ ਦਾ ਕੰਡਕਟਰ ਨੰਬਰ 8 ਹੋਏਗਾ ਜਾਂ ਪ੍ਰਾਇਮਰੀ ਡਰਾਈਵਰ ਨੰਬਰ ਹੋਏਗਾ ਅਲਫਾਬੈਟ ਕੋਈ ਕਢਾਲ ਦਿੱਤਾ ਜਾਂਦਾ ਹੈ ਜਾਂ ਕੋਈ ਪਾ ਦਿੱਤਾ ਜਾਂਦਾ ਹੈ ਉਹ ਵੈਲਿਊ ਨੂੰ ਉਸ ਲੱਕੀ ਨੰਬਰ ਦੇ ਉੱਪਰ ਲੈ ਕੇ ਆਇਆ ਜਾਂਦਾ ਹੈ 5 ਨੰਬਰ ਵਾਲੇ ਨੂੰ ਹਮੇਸ਼ਾ ਦਿਮਾਗੀ ਬਿਮਾਰੀਆਂ ਪ੍ਰੋਬਲਮਸ ਹੀ ਆਣਗੀਆਂ ਓਕੇ ਡਿਪਰੈਸ਼ਨ ਹੋ ਗਿਆ ਸਾਈਕਲੋਜੀਕਲ ਪ੍ਰੋਬਲਮਸ ਹੋ ਗਈ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਆਰ 19 ਨਿਊਜ਼ ਔਰ ਮੈਂ ਹਾਂ ਸ਼ਰਨਜੀਤ ਬੈਸ ਪ੍ਰਾਣੇ ਪੋਡਕਾਸਟਾਂ ਦੇ ਵਿੱਚ ਅਸੀਂ ਵਾਸਤੂ ਵਿੱਦਿਆ ਬਾਰੇ ਗੱਲ ਕੀਤੀ ਸੀ ਉਸ ਤੋਂ ਪਹਿਲਾਂ ਜੋਤਸ਼ੇ ਬਾਰੇ ਵੀ ਆਪਾਂ ਗੱਲ ਕੀਤੀ ਸੀ ਸਾਡੇ ਨਾਲ ਅੱਜ ਇੱਕ ਵਾਰ ਫਿਰ ਮੌਜੂਦ ਨੇ ਤੁਸ਼ੀਲ ਵਰਮਾ ਜੀ ਵਰਮਾ ਜੀ ਇੱਕ ਵਾਰ ਫਿਰ ਤੁਹਾਡਾ ਸਾਡੇ ਸਟੂਡੀਓ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਵਾਸਤੂ ਬਾਰੇ ਆਪਾਂ ਪਹਿਲੇ ਐਪੀਸੋਡਾਂ 'ਚ ਗੱਲ ਕੀਤੀ ਤੁਸੀਂ ਬੜੇ ਵਿਸਤਾਰ ਦੇ ਨਾਲ ਸਾਡੇ ਦਰਸ਼ਕਾਂ ਨੂੰ ਵਾਸਤੂ ਬਾਰੇ ਜਿਹੜੀ ਵਿੱਦਿਆ ਬਾਰੇ ਦੱਸਿਆ ਸੀ ਤੁਸੀਂ ਉਸ ਤੋਂ ਪਹਿਲਾਂ ਤੁਸੀਂ ਆਪਾਂ ਇੱਕ ਐਪੀਸੋਡ ਕੀਤਾ ਸੀ ਜਿਹੜਾ ਸ਼ਨੀਵਾਰੀ ਸੀਗਾ ਕਿ ਸ਼ਨੀ ਤੋਂ ਜ਼ਿਆਦਾ ਡਰਨ ਦੀ ਲੋੜ ਨਹੀਂ ਐ ਉਸ ਐਪੀਸੋਡ ਨੂੰ ਵੀ ਸਾਡੇ ਉਸ ਪੋਡਕਾਸਟ ਨੂੰ ਦਰਸ਼ਕਾਂ ਨੇ ਬਹੁਤ ਹੰਗਾਰਾ ਦਿੱਤਾ ਸੀ ਔਰ ਬਹੁਤ ਸਰਾਇਆ ਸੀ ਅੱਜ ਅਸੀਂ ਗੱਲ ਕਰਾਂਗੇ ਅੰਕ ਵਿਦਿਆ ਦੀ ਬੱਕਰੇ ਬੱਕਰੇ ਜਿਹੜੇ ਜੋਤਸ਼ੀ ਨੇ ਉਹ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਇਹਨਾਂ ਬਾਰੇ ਬੜਾ ਗਿਆਨ ਹੁੰਦੇ ਨੇ ਕਿ ਅੰਕ ਵਿਦਿਆ ਆਹ ਨੰਬਰ ਹੋਣਾ ਚਾਹੀਦਾ ਆਹ ਨੰਬਰ ਹੋਣਾ ਚਾਹੀਦਾ ਸਾਡੇ ਦਰਸ਼ਕਾਂ ਨੂੰ ਅੰਕ ਵਿਦਿਆ ਬਾਰੇ ਥੋੜਾ ਦੱਸੋ ਜੀ ਅੰਕ ਵਿਦਿਆ ਵੀ ਇੱਕ ਤਰੀਕੇ ਦੀ ਜੋਤਿਸ਼ ਦੀ ਇੱਕ ਬ੍ਰਾਂਚ ਸਮਝ ਲਓ ਤੁਸੀਂ ਇੱਕ ਬ੍ਰਾਂਚ ਹੈ ਫਰਕ ਇੰਨਾ ਹੀ ਹੈ ਕਿ ਤੁਹਾਨੂੰ ਇਹਦੇ ਵਿੱਚ ਡਿਟੇਲ ਕੁੰਡਲੀ ਵਗੈਰਾ ਦੀ ਲੋੜ ਨਹੀਂ ਹੁੰਦੀ ਜਿੱਦਾਂ ਬਹੁਤ ਸਾਰੇ ਸੱਜਣਾ ਕੋਲ ਆਪਣੀ ਡੇਟ ਦਾ ਟਾਈਮ ਨਹੀਂ ਹੁੰਦਾ ਪਰ ਤਰੀਕ ਜ਼ਰੂਰ ਹੁੰਦੀ ਹੈ ਤੋ ਆਪਾਂ ਤਰੀਕ ਇੱਕ ਤਰੀਕ ਦੇ ਅੰਕ ਦੇ ਉੱਪਰ ਉਹ ਬੰਦੇ ਦੀ ਪੂਰੀ ਲਾਈਫ ਦਾ ਭਵਿੱਖ ਕੱਢ ਸਕਦੇ ਹਾਂ ਠੀਕ ਹੈ ਜਿਸ ਤਰ੍ਹਾਂ ਅਲੱਗ-ਅਲੱਗ ਨੰਬਰ ਅਲੱਗ-ਅਲੱਗ ਚੀਜ਼ ਨੂੰ ਅਲੱਗ-ਅਲੱਗ ਵਿਸ਼ੇਸ਼ਤਾ ਹਰੇਕ ਨੰਬਰ ਦੀਆਂ 9 ਦੇ 9 ਨੰਬਰ ਅਲੱਗ-ਅਲੱਗ ਗ੍ਰਹਿਾਂ ਨੂੰ ਅਲੱਗ-ਅਲੱਗ 9 ਪਲੈਨੈਟਸ ਨੂੰ ਰਿਪਰੈਜ਼ੈਂਟ ਕਰਦੇ ਆ ਹੂੰ ਉਹ ਹਰੇਕ ਨੰਬਰ ਦੀ ਹਰੇਕ ਗ੍ਰਹਿ ਦੀ ਅਲੱਗ-ਅਲੱਗ ਵਿਸ਼ੇਸ਼ਤਾ ਹੈ ਹੂੰ ਤਾਂ ਜਿਸ ਜਿਸ ਬੰਦੇ ਦੀ ਜੋ-ਜੋ ਡੇਟ ਆਫ ਬਰਥ ਹੁੰਦੀ ਹੈ ਕਾਫੀ ਹੱਦ ਤੱਕ ਉਹ ਗੁਣ ਉਸ ਆਦਮੀ 'ਚ ਹੁੰਦੇ ਆ ਹੂੰ ਜੋ ਵੀ ਉਹ ਡੇਟ ਆਫ ਬਰਥ ਹੋ ਉਸ ਆਦਮੀ ਦੀ ਹੈ ਕਿਸੇ ਦੀ 1 2 ਹੈ ਤਾਂ ਉਸ ਤਰੀਕੇ ਨਾਲ ਆਦਮੀ ਦਾ ਜੀਵਨ ਫਿਰ ਉਸ ਗ੍ਰਹਿ ਦੇ ਅਕੋਰਡਿੰਗਲੀ ਚੱਲਦਾ ਹੈ ਹੂੰ ਇਹ ਅੰਕ ਵਿੱਦਿਆ ਹੈ ਨਹੀਂ ਅੰਕ ਜਿਹੜੇ 1 ਤੋਂ ਲੈ ਕੇ 9 ਤੱਕ ਹੀ ਕਾਊਂਟ ਕਰਦੇ ਆ ਜਾਂ ਉਸ ਤੋਂ ਬਾਅਦ ਫਿਰ 11 12 ਵੀ ਹੁੰਦੀ ਨਹੀਂ ਹਾਂ ਇਹ ਇਸ ਤਰ੍ਹਾਂ ਹੁੰਦਾ ਹੈ ਬੈਨ ਸਾਹਿਬ ਹੂੰ ਕਿ ਕੁੱਲ ਮਿਲਾ ਕੇ ਤਾਂ ਆਪਣੇ ਕੋਲ ਅੰਕ 9 ਹੀ ਹੈ ਹੂੰ ਉਸ ਤੋਂ ਬਾਅਦ ਕੀ ਹੁੰਦਾ ਜਿੱਦਾਂ 10 ਅੰਕ ਆ ਗਿਆ ਹੂੰ ਕਿਸੇ ਦੀ ਡੇਟ ਆਫ ਬਰਥ ਸੁਪੋਜ਼ 10 ਹੈ ਤਾਂ ਆਪਾਂ ਲਾਸਟ ਦੇ ਵਿੱਚ ਇੱਕ ਅੰਕ ਲੈਣਾ ਹੈ ਹੂੰ 1+0 ਕਿੰਨਾ ਹੋ ਗਿਆ 1 1 ਉਹਨੂੰ 1 ਮੰਨਿਆ ਜਾਏਗਾ ਹੂੰ ਜੇ ਕਿਸੇ ਦੀ ਡੇਟ ਆਫ ਬਰਥ 12 ਹੈ ਹੂੰ ਤਾਂ 2+1 ਉਹਦਾ ਮੇਨ ਨੰਬਰ ਮੂਲ ਅੰਕ ਜਿਹਨੂੰ ਬੋਲਦੇ ਆ ਉਹ 3 ਮੰਨਿਆ ਜਾਏਗਾ ਹੂੰ ਜੇ ਕਿਸੇ ਦੀ 22 ਹੈ ਤਾਂ 2+2 4 ਮੰਨਿਆ ਜਾਏਗਾ ਤਾਂ ਆਪਾਂ ਲੀਸਟ ਨੰਬਰ ਕੱਢਣਾ ਐਂਡ ਦੇ ਵਿੱਚ ਉਸ ਸ਼ਖਸ ਦਾ ਵਿਅਕਤੀ ਦਾ ਮੂਲ ਅੰਕ ਹੋਏਗਾ ਹੂੰ ਜਿਹਨੂੰ ਅਸੀਂ ਲੱਕੀ ਨੰਬਰ ਵੀ ਕਹਿੰਦੇ ਆ ਹੂੰ ਤਾਂ ਇਸ ਤਰੀਕੇ ਨਾਲ ਅਸੀਂ ਅੱਗੇ ਦੀ ਅੱਗੇ ਜਾ ਸਕਦੇ ਆ ਜਿਹੜੇ ਅੰਕ ਹੁੰਦੇ ਨੇ ਜੀ ਦਾ ਮੈਂ ਤੁਸੀ ਦੱਸਿਆ ਬਈ 1 ਤੋਂ ਲੈ ਕੇ 9 ਤੱਕ ਹੁੰਦੇ ਨੇ ਹਣਾ ਕਿਸੇ ਵੀ ਇਨਸਾਨ ਦੀ ਨਾ ਲਾਈਫ ਚ ਕਿੰਨਾ ਐਮੀ ਕਿੰਨੀ ਕੈਮੀਤ ਰੱਖਦੇ ਨੇ ਜੀ ਬਹੁਤ ਐਮੀਤ ਰੱਖਦੇ ਆ ਹੂੰ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਕਿਸੇ ਦੀ ਜਨਮ ਤਿਥੀ 1 ਹੈ ਹੂੰ ਜਾਂ 28 ਹੈ ਹੂੰ 28 ਦਾ ਇੱਕ ਬੰਦ ਹੈ 8+2 10 1+0 1 19 ਦਾ ਵੀ ਇੱਕ ਬੰਦ ਹੈ ਹੂੰ ਇਹ ਸਾਰੇ ਨੰਬਰ 1 ਦੇ ਆ 1 ਨੰਬਰ 1 ਨੰਬਰ ਰਿਪਰੈਜ਼ੈਂਟ ਕਰਦਾ ਹੈ ਸੂਰੇ ਨੂੰ ਓਕੇ ਸਨ ਨੂੰ ਹੂੰ ਤਾਂ ਇੱਕ ਨੰਬਰ ਜਿਹੜਾ ਵਿਅਕਤੀ ਹੋਏਗਾ ਉਹਦੇ ਵਿੱਚ ਸਾਰੀਆਂ ਕੈਰੈਕਟਰਿਸਟਿਕ ਸਾਰੀਆਂ ਵਿਸ਼ੇਸ਼ਤਾਵਾਂ ਸੂਰਜ ਦੀਆਂ ਹੋਣਗੀਆਂ ਹੂੰ ਕਿਸ ਤਰੀਕੇ ਦੀਆਂ ਹੋਣਗੀਆਂ ਸੂਰਜ ਦੀਆਂ ਵਿਸ਼ੇਸ਼ਤਾਵਾਂ ਹੋਣਗੀਆਂ ਜਿਸ ਤਰੀਕੇ ਨਾਲ ਬੰਦਾ ਐਂਬੀਸ਼ੀਅਸ ਬਹੁਤ ਹੋਏਗਾ ਹੂੰ ਲਾਈਫ ਦੇ ਵਿੱਚ ਅੱਗੇ ਆਉਣ ਲਈ ਐਂਬੀਸ਼ੀਅਸ ਕਾਫੀ ਕੁਝ ਮਿਹਨਤ ਕਰੇਗਾ ਐਂਬੀਸ਼ੀਅਸ ਹੋਏਗਾ ਵੱਧ ਤੋਂ ਵੱਧ ਠੀਕ ਹੈ ਦੂਸਰਾ ਕੀ ਹੋਏਗਾ ਕੁਝ ਨੈਗੇਟਿਵ ਪੁਆਇੰਟਸ ਵੀ ਹੁੰਦੇ ਨੇ ਜਿਸ ਤਰੀਕੇ ਨਾਲ ਸੂਰੇ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਮੋਸਟਲੀ ਦੇਖੋਗੇ ਕਿ ਜਿਹੜੇ ਇੱਕ ਨੰਬਰ ਵਾਲੇ ਵਿਅਕਤੀ ਹੋਣਗੇ ਨਾ ਉਹ ਜ਼ਿਆਦਾਤਰ ਸੋਸ਼ਲ ਹੋਣਾ ਪਸੰਦ ਨਹੀਂ ਕਰਦੇ ਓਕੇ ਅਲੱਗ ਆਪਣੀ ਪਛਾਣ ਅਲੱਗ ਚਮਕ ਬਣਾਉਣਾ ਚਾਹੁੰਦੇ ਆ ਭੀੜ ਤੋਂ ਹਟ ਕੇ ਚੱਲਣ ਦੇ ਆਦੀ ਹੁੰਦੇ ਆ ਜਿਸ ਤਰ੍ਹਾਂ ਸੂਰਜ ਅਲੱਗ ਚਮਕਦਾ ਹੈ ਤੇ ਜਿਸ ਤਰੀਕੇ ਨਾਲ ਸੂਰਜ ਦੀ ਹੀਟ ਹੁੰਦੀ ਹੈ ਥੋੜਾ ਜਿਹਾ ਉਹਨਾਂ ਦਾ ਸੁਭਾਅ ਉਹਨਾਂ ਦੇ ਵਿਚਾਰ ਵੀ ਇਸ ਤਰੀਕੇ ਦੇ ਹੁੰਦੇ ਆ ਕਿ ਕਈ ਵਾਰੀ ਉਹਨਾਂ ਦੇ ਆਲੇ ਦੁਆਲੇ ਦੇ ਵਿੱਚ ਉਹ ਵਿਚਾਰ ਜਾਂ ਸੁਭਾਅ ਹੀਟ ਪੈਦਾ ਕਰ ਦਿੰਦਾ ਹੈ ਤਾਂ ਕਾਫੀ ਹੱਦ ਤੱਕ ਇੱਕ ਨੰਬਰ ਵਾਲੇ ਬੰਦੇ ਜੀਵਨ ਦੇ ਵਿੱਚ ਇਕੱਲੇ ਰਹਿ ਜਾਂਦੇ ਆ ਇਹ 네ਗੇਟਿਵ ਪੁਆਇੰਟ ਹੈ ਇਹ ਵੀ ਸੁਣ ਚਾਇਆ ਸੀ ਇੰਸਟਾਗ੍ਰਾਮ ਤੇ ਮੈਂ ਸੁਣਿਆ ਸੀ ਕਿਸੇ ਤੋਂ ਕਿ ਅੰਬਾਨੀ ਦਾ ਨੰਬਰ ਵੀ ਇੱਕ ਹੈ ਹਾਂਜੀ ਹਾਂਜੀ ਕਾਫੀ ਸਾਰੇ ਬੰਦੇ ਇੱਕ ਨੰਬਰ ਨੂੰ ਰਿਪਰੈਜ਼ੈਂਟ ਕਰਦੇ ਆ ਨੈਪੋਲੀਅਨ ਬੋਨਾਪਾਰਟ ਦਾ ਨੰਬਰ ਇੱਕ ਸੀ ਹੂੰ ਸਿਕੰਦਰ ਦਾ ਨੰਬਰ ਇੱਕ ਸੀ ਹੂੰ ਤੋਂ ਐਂਬੀਸ਼ਸ ਬਹੁਤ ਹੁੰਦੇ ਆ ਹੂੰ ਲੀਡ ਕਰਦੇ ਆ ਲੀਡ ਕਰਨ ਦੀ ਇੰਨਾ ਚ ਹੁੰਦੀ ਹੈ ਕਿ ਅਸੀਂ ਅੱਗੇ ਰਹੀਏ ਪਿੱਛੇ ਨਹੀਂ ਜਾਣਾ ਟ੍ਰੈਂਡ ਸੈਟਰ ਹੁੰਦੇ ਆ ਹੂੰ ਫੋਲੋ ਨਹੀਂ ਕਰਦੇ ਭੀੜ ਨੂੰ ਉਹ ਕਹਿੰਦੇ ਆ ਕਿ ਅਸੀਂ ਬਣਾਈਏ ਉਸ ਤਰੀਕੇ ਨਾਲ ਚੱਲੇ ਕਈ ਵਾਰੀ ਇਸ ਜਿੱਤ ਦੇ ਵਿੱਚ ਉਹਨਾਂ ਦੇ ਨੀਅਰ ਐਂਡ ਡੀਅਰ ਵਾਂਸ ਈਵਨ ਪਰਿਵਾਰ ਵਾਲਿਆਂ ਨੂੰ ਵੀ ਟ੍ਰਬਲ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਕਾਫੀ ਚੀਜ਼ਾਂ ਆਪਣੇ ਸਿਸਟਮ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਆ ਜੋ ਕਿ ਪੋਸੀਬਲ ਨਹੀਂ ਵੀ ਹੁੰਦਾ ਲੇਕਿਨ ਉਹ ਹੁੰਦੀ ਅਸਲ ਚ ਉਹਨਾਂ ਦੀ ਅੰਬੀਸ਼ਨ ਹੈ ਲੀਡਰਸ਼ਿਪ ਕੁਆਲਿਟੀ ਹੁੰਦੀ ਹੈ ਹਰ ਜਗ੍ਹਾ ਤੇ ਉਹਨਾਂ ਨੇ ਲੀਡਰ ਹੀ ਬਣ ਕੇ ਰਹਿਣਾ ਹੈ ਇਹ 1 ਨੰਬਰ ਹੈ ਇਸ ਤਰੀਕੇ ਨਾਲ ਫਿਰ 2 ਨੰਬਰ ਹੋ ਗਿਆ ਡੇਟ ਆਫ ਬਰਥ ਕਿਸੇ ਦੀ 2 ਹੈ 20 ਹੈ 20 ਹੈ 2 0 20 ਹੋ ਗਿਆ ਠੀਕ ਹੈ ਤਾਂ 20 ਨੰਬਰ ਵਾਲੇ ਬੰਦੇ ਮੂਨ ਨੂੰ ਰਿਪਰੈਜ਼ੈਂਟ ਕਰਦੇ ਆ ਚੰਦਰਮਾ ਨੂੰ 2 ਨੰਬਰ ਵਾਲੇ ਹਾਂਜੀ ਚੰਦਰਮਾ ਦਾ ਮਤਲਬ ਕਿ ਬਹੁਤ ਕੂਲ ਹੁੰਦੇ ਆ ਹਮ ਇਮੋਸ਼ਨਲ ਬਹੁਤ ਹੁੰਦੇ ਆ ਆਪਣੇ ਮਦਰ ਦੇ ਬਹੁਤ ক্লোਜ਼ ਹੋਣਗੇ ਹਮ ਉਹਨਾਂ ਦਾ ਸੁਭਾਅ ਇੱਕ ਦੇ ਬਿਲਕੁਲ ਵਿਪਰੀਤ ਬਹੁਤ ਕੂਲ ਹੁੰਦਾ ਹਮ ਨਰਮ ਰਹਿੰਦੇ ਆ ਹਮ ਲੇਕਿਨ ਉਹਨਾਂ ਚ ਨੈਗੇਟਿਵ ਕੀ ਪੁਆਇੰਟ ਹੁੰਦਾ ਜਿਸ ਤਰੀਕੇ ਨਾਲ ਚੰਦਰਮਾ ਦਾ ਸਾਈਜ਼ ਕਦੇ ਸਥਿਰ ਨਹੀਂ ਹੁੰਦਾ ਤੁਸੀਂ ਦੇਖੋਗੇ 15 ਦਿਨ ਮੂਨ ਵੱਧਦਾ 15 ਦਿਨ ਮੂਨ ਘਟਦਾ ਜੀ ਉਹਨਾਂ ਦਾ 1 ਮੰਥ ਦੇ ਵਿੱਚ ਮੂਡ ਵੀ ਇਦਾਂ ਹੀ ਸਵਿੰਗ ਕਰਦਾ ਦੋ ਨੰਬਰ ਵਾਲੇ ਬੰਦੇ ਹਨ ਤੁਸੀਂ ਕੋਈ ਵੀ ਦੇਖ ਲਿਓ ਅੱਛਾ ਜਿਹੜੇ ਦੋ ਨੰਬਰ ਵਾਲੇ ਹਨ ਕੋਈ ਹੋਰ ਮੂਡ ਹੋਊਗਾ 15 ਦਾ ਹਾਂ ਮਤ ਉਹਨਾਂ ਦੇ ਵਿੱਚ ਨਾ ਮੂਡ ਸਵਿੰਗਸ ਬਹੁਤ ਹੁੰਦੇ ਆ ਹੂੰ ਮੂਡ ਸਵਿੰਗਸ ਹੁੰਦੇ ਆ ਇਮੋਸ਼ਨਸ ਹੁੰਦੇ ਆ ਬਹੁਤ ਇਮੋਸ਼ਨਸ ਨਾਲ ਭਰੇ ਹੋਏ ਹੁੰਦੇ ਆ ਦੋ ਨੰਬਰ ਵਾਲੇ ਬਹੁਤ ਜਲਦੀ ਇਮੋਸ਼ਨਲ ਹੋ ਜਾਂਦੇ ਆ ਪ੍ਰੈਕਟੀਕਲ ਥੋੜੀ ਜਿਹੀ ਘੱਟ ਹੁੰਦੇ ਆ ਡਿਸੀਜਨ 메ਕਿੰਗ ਚ ਪ੍ਰੋਬਲਮਸ ਆਉਂਦੀਆਂ ਨੇ ਮਾਈਂਡ ਵੀਵਰ ਹੁੰਦਾ ਜਿਸ ਤਰ੍ਹਾਂ ਮੂਨ ਵੀਵਰ ਕਰਦਾ ਵਾਅਦਾ ਕਰਦਾ ਉਦਾਂ ਹੀ ਉਹਨਾਂ ਦਾ ਮਾਈਂਡ ਜਲਦੀ ਦੇ ਕੇ ਡਿਸੀਜਨ ਨਹੀਂ ਲੈ ਸਕਦੇ ਫਲਕੂਏਟ ਕਰਦੇ ਫਲਕੂਏਟ ਕਰਦੇ ਆ ਕਈ ਵਾਰੀ ਇਸ ਤਰੀਕੇ ਨਾਲ ਚੱਲਣ ਦੇ ਨਾਲ ਵਧੀਆ ਓਪਰਚ्युनिटी ਲਾਈਫ ਦੀ ਉਹ ਖੋ ਦਿੰਦੇ ਆ ਹੂੰ ਦੇਰ ਹੋ ਜਾਂਦੀ ਆ ਹੂੰ ਫਿਰ 3 ਨੰਬਰ ਆ ਗਿਆ 3 ਨੰਬਰ ਦੇ ਬਹੁਤ ਸਾਰੇ ਬੰਦੇ ਆਰਟਿਸਟਿਕ ਫੀਲਡ ਚ ਦੇਖੋਗੇ ਤੁਸੀਂ ਓਕੇ ਉਹਨਾਂ ਨੂੰ ਆਰਟਿਸਟ ਦਾ ਲੇਖਣੀ ਦਾ ਬਹੁਤ ਸ਼ੌਕ ਹੁੰਦਾ ਹੈ ਸਪਿਰਚੁਅਲ ਬੰਦੇ ਤੁਸੀਂ ਬਹੁਤ ਸਾਰੇ ਦੇਖੋਗੇ 3 ਨੰਬਰ ਨੂੰ ਰਿਪਰੈਜ਼ੈਂਟ ਕਰਦੇ ਆ 3 ਨੰਬਰ ਰਿਪਰੈਜ਼ੈਂਟ ਕਰਦਾ ਹੈ ਜੂਪੀਟਰ ਨੂੰ ਹੂੰ ਬ੍ਰਹਸਪਤੀ ਗ੍ਰਹਿ ਜੁੜਾ ਕਿ ਨੋਲੇਜ ਦਾ ਗ੍ਰਹਿ ਹੂੰ ਤੋ ਐਸੇ ਬੰਦੇ ਅਗਰ ਅੱਛੇ ਰਾਈਟਰ ਹੁੰਦੇ ਆ ਥੀਏਟਰ ਆਰਟਿਸਟ ਹੋ ਗਏ ਉਹਨਾਂ ਨੂੰ ਲਿਖਣ ਦਾ ਬਹੁਤ ਸ਼ੌਕ ਹੁੰਦਾ ਨੋਲਿਜ ਬਹੁਤ ਹੁੰਦੀ ਆ ਆਰਟਿਸਟ ਐਕਟਰ ਕਲਾਕਾਰ ਉਹ ਵੀ ਆਉਂਦੇ ਆ ਤਿੰਨ ਚ ਪਰ ਜ਼ਿਆਦਾਤਰ ਦੇਖਿਆ ਗਿਆ ਕਿ ਰਾਈਟਰ ਬਹੁਤ ਆਉਂਦੇ ਆ ਬਹੁਤ ਸਾਰੇ ਸਪਿਰਚੁਅਲ ਗੁਰੂਜ਼ ਆ ਜਿਹੜੇ ਤਿੰਨ ਨੰਬਰ ਤੁਹਾਨੂੰ ਮੇਖਣ ਨੂੰ ਮਿਲਣਗੇ ਓਕੇ ਤੋ ਉਹਨਾਂ ਦੀ ਲਾਈਫ ਦੇ ਵਿੱਚ ਸਪਿਰਚੁਅਲਿਟੀ ਮੇਨ ਹੁੰਦੀ ਆ ਜਦੋਂ ਤੱਕ ਉਹ ਸਪਿਰਚੁਅਲ ਨਹੀਂ ਹੁੰਦੇ ਉਹਨਾਂ ਦੀ ਲਾਈਫ ਦੀ ਭਟਕਣ ਚੱਲਦੀ ਰਹੇਗੀ ਤਾਂ ਇਹ ਜੋ ਕੁਝ ਮਰਜੀ ਗੱਲ ਹੈ ਜਿਸ ਦਿਨ ਉਹ ਸਪਿਰਚੁਅਲ ਬੈਂਡ ਆਫ ਮਾਈਂਡ ਹੋ ਗਿਆ ਉਹਨਾਂ ਨੂੰ ਸਕਸੈਸ ਮਿਲਣੀ ਸ਼ੁਰੂ ਹੋ ਗਈ ਜਰੂਰਤ ਨਹੀਂ ਵੀ ਸਾਧੂ ਸੰਤ ਹੀ ਬਣਦੀ ਲੋੜ ਹੈ ਵੈਸੇ ਹਾਂ ਮਤਲਬ ਕਿ ਉਹਨਾਂ ਬਾਠ ਵੀ ਕਰ ਸਕਦਾ ਪੂਜਾ ਪਾਠ ਵੀ ਕਰ ਦਿੰਦਾ ਬੈਂਡ ਆਫ ਮਾਈਂਡ ਸਪਿਰਚੁਅਲ ਹੁੰਦਾ ਥੋੜਾ ਜਿਹਾ ਜੇ ਨਹੀਂ ਹੈਗਾ ਤਾਂ 3 ਨੰਬਰ ਵਾਲੇ ਬੰਦੇ ਨੂੰ ਥੋੜਾ ਜਿਹਾ ਇਸ ਬਾਰੇ ਇਧਰ ਬੈਂਡ ਆਫ ਮਾਈਂਡ ਕਰਨਾ ਚਾਹੀਦਾ ਹੈ ਉਹਦੀ ਸਕਸੈਸ ਰੇਟ ਵਾਜ ਜਾਏਗੀ ਓਕੇ ਫਿਰ ਆ ਗਿਆ 4 ਨੰਬਰ 4 ਨੰਬਰ 13 ਨੰਬਰ ਹੋ ਗਿਆ 3 1 4 2 2 2 2 4 31 ਡੇਟ ਆਫ ਬਰਥ 3 1 4 ਇਹ ਬੰਦੇ ਰਾਜਨੀਤੀ 'ਚ ਬਹੁਤ ਅੱਗੇ ਜਾਂਦੇ ਆ ਓਕੇ ਇਹਨਾਂ ਨੂੰ ਇਹਨਾਂ ਦਾ ਸੋਸ਼ਲ ਸਟਰਕਚਰ ਬਹੁਤ ਸਟਰੋਂਗ ਹੁੰਦਾ ਹੈ 4 ਨੰਬਰ ਵਾਲੇ ਦਾ ਪੀਆਰਓ ਬਹੁਤ ਸਟਰੋਂਗ ਹੁੰਦੀ ਹੈ ਹੂੰ ਠੀਕ ਹੈ ਜੋ ਕੋਈ ਕੰਮ ਤੁਸੀਂ ਨਹੀਂ ਕਿਸੇ ਕੋਲ ਕਢਵਾ ਸਕਦੇ ਤੁਸੀਂ 4 ਵਾਲੇ ਨਾਲ ਲੈ ਜਾਓ ਫਟਾਫਟ ਕੰਮ ਕਰਵਾ ਦੇਗਾ ਅੱਛਾ ਕਮਿਊਨੀਕੇਸ਼ਨ ਸਕਿੱਲ ਬਹੁਤ ਅੱਛੀ ਹੁੰਦੀ ਹੈ ਹੂੰ ਇਹਨਾਂ ਦਾ ਮੇਨ ਪਲੈਨਟ ਰਾਹੂ ਹੁੰਦਾ ਹੈ 4 ਵਾਲੇ ਦਾ ਹਾਂ ਰਾਹੂ ਤੋਂ ਡੀਲ ਕਰਦੇ ਆ ਇਹਨਾਂ ਨੂੰ ਲਾਈਵ ਦੇ ਵਿੱਚ ਪ੍ਰੋਬਲਮਸ ਕਹਿੰਦੀ ਇਹਨਾਂ ਦੇ ਪੇਟ ਦੇ ਵਿੱਚ ਕਿਤੇ ਨਾ ਕਿਤੇ ਦਰਦ ਰਹਿੰਦੀ ਹੈ ਪੇਟ ਨਾਲ ਸੰਬੰਧਿਤ ਕੋਈ ਨਾ ਕੋਈ ਟਰਬਲ ਚੱਲਦੀ ਰਹਿੰਦੀ ਹੈ ਠੀਕ ਹੈ ਪੋਲਿਟਿਕਸ ਜੇ ਬਹੁਤ ਉੱਪਰ ਜਾਂਦੇ ਆ ਸਟੈਂਡ ਨਹੀਂ ਲੈਂਦੇ ਜਿਆਦਾ ਜਿਸ ਤਰੀਕਾ ਤੁਸੀਂ ਨਾਰਮਲੀ ਦੇਖਿਆ ਹੈ ਨਾ ਪੋਲਿਟਿਕਸ 'ਚ ਕੀ ਚੀਜ਼ਾਂ ਚੱਲਦੀਆਂ ਤਾਂ ਫਿਰ ਆ ਗਿਆ ਇਸ ਤੋਂ ਬਾਅਦ 5 ਨੰਬਰ 5 ਨੰਬਰ 23 ਡੇਟ ਆਫ ਬਰਥ ਆ ਗਈ 5 ਆ ਗਈ ਇਹ 5 ਨੰਬਰ ਨੂੰ ਰਿਪਰੈਜ਼ੈਂਟ ਕਰਦੀ ਹੈ 5 ਨੰਬਰ ਹੋ ਗਿਆ ਮਰਕਰੀ 86 ਵੀ ਪੰਜ ਆ ਬਣ ਗਿਆ ਪਰ 86 ਡੇਟ ਆਫ ਬਰਥ ਨਹੀਂ ਨਾ ਹੋ ਸਕਦੀ ਨੇ ਡੇਟ ਆਫ ਬਰਥ ਤਾਂ 31 ਇੱਕ ਇੱਕ ਮੰਥ ਦੇ 31 ਮਹੀਨੇ ਹੀ ਹੁੰਦੇ 31 ਪਾ ਜਿਹੜਾ ਇਹ ਨੰਬਰਾਂ ਦੀ ਗੱਲ ਕਰ ਰਿਹਾ ਇਹ ਬੇਸਿਕ ਬੇਸਿਕ ਡੇਟ ਆਫ ਬਰਥ ਤੋਂ ਉਹ ਸਾਰੇ ਉਹ ਮੂਲ ਅੰਕ ਤੋਂ ਐਡ ਕਰਨੀ ਸਾਰੀ ਉਹ ਹਾਂ ਜਿੱਦਾਂ ਹੁਣ ਕਿਸੇ ਦੀ ਡੇਟ ਆਫ ਬਰਥ 23 ਆ 3 2 ਕਿੰਨਾ ਹੋ ਗਿਆ 5 ਉਹ ਪੰਜ ਨੰਬਰ ਹੋ ਗਿਆ ਬੰਦਾ ਜੇ ਜਿਹੜੀ ਡੇਟ ਆਫ ਡਿਡ ਹੀ ਦੇਖਣੀ ਹੈ ਹਾਂ ਫਸਟ ਡੇਟ ਡਿਡ ਦੇਖਣੀ ਠੀਕ ਹੈ ਉਹ ਡੈਸਟੀ ਨੰਬਰ ਤੇ ਮੈਂ ਬਾਅਦ ਜਾਊਂਗਾ ਇਹ ਬੇਸਿਕ ਪ੍ਰਾਈਮ ਨੰਬਰ ਹੈ ਅੱਛਾ ਪ੍ਰਾਈਮ ਨੰਬਰ ਇਹ ਮੂਲ ਅੰਕ ਕਹਿੰਦੇ ਆਂ ਇਹ ਮੂਲਕ ਜੋਤੀ ਅੰਕ ਜੋਤਿਸ਼ ਦੀ ਭਾਸ਼ਾ ਚਾਨੂੰ ਬੋਲਦੇ ਆ ਜਨਮ ਦੀ ਜਿਹੜੀ ਡੇਟ ਹੈ ਜਨਮ ਦੀ ਡੇਟ ਓਕੇ ਤਾਂ ਸਪੋਜ਼ ਕਰੋ ਕਿਸੇ ਕੋਲ ਜਨਮ ਦੀ ਡੇਟ ਕਨਫਰਮ ਹੈ ਹੂੰ ਮਹੀਨੇ ਦਾ ਵੀ ਨਹੀਂ ਪਤਾ ਸਾਲ ਦਾ ਵੀ ਨਹੀਂ ਪਤਾ ਤੇ ਉਹ ਦੇਖੋ ਇੱਥੋਂ ਕਿੰਨਾ ਕੁਝ ਪਤਾ ਲੱਗ ਸਕਦਾ ਹੂੰ ਇਸ ਇਹ ਐਸਾ ਗਿਆਨ ਹੈ ਅੰਕ ਜੋਤਿਸ਼ ਸਪੋਜ਼ ਆਪਾਂ 5 ਤੇ ਸੀਗੇ 5 ਨੰਬਰ ਕੀ ਹੈ 23 ਡੇਟ ਹੈ ਕਿਸੇ ਦੀ ਕਿਸੇ ਦੀ 5 ਹੈ ਤਾਂ 5 ਨੰਬਰ ਵਾਲਾ ਬਿਜ਼ਨਸ ਦਾ ਨੰਬਰ ਹੁੰਦਾ ਓਕੇ ਠੀਕ ਹੈ ਮਰਕਰੀ ਨੂੰ ਰਿਪਰੈਜ਼ੈਂਟ ਕਰਦਾ ਹੈ ਮਰਕਰੀ ਸਪੀਚ ਤੇ ਬਿਜ਼ਨਸ ਜਿਆਦਾਤਰ ਕਾਮਰਸ ਨਾਲ ਰਿਲੇਟਡ ਜਿੰਨੇ ਵੀ ਸੱਜਣ ਹੋਣਗੇ ਜਿਨ੍ਹਾਂ ਦਾ ਬਿਜ਼ਨਸ ਬੈਂਡ ਆਫ ਮਾਈਂਡ ਹੋਏਗਾ ਉਹਨਾਂ ਦਾ ਨੰਬਰ 5 ਹੀ ਹੋਏਗਾ। ਹਮ ਮਬੀਐਸ ਜਿੰਨੇ ਵੀ ਹੋਣਗੇ, ਕਾਰਪੋਰੇਟ ਜਿੰਨੇ ਵੀ ਹੁੰਦੇ ਆ ਜਾਂ মিডিਆ ਪੱਤਰਕਾਰ ਤੁਹਾਡੀ ਲਾਈਨ ਦੇ 5 ਦਾ ਬਹੁਤ ਯੋਗਦਾਨ ਹੁੰਦਾ ਹੈ। ਓਕੇ 5 ਕਿਉਂਕਿ ਮਰਕਰੀ ਆ, ਸਪੀਚ ਸਪੀਚ ਤੋਂ ਬਹੁਤ ਆਦਮੀ ਅੱਗੇ ਜਾਂਦਾ ਹੈ। ਇੱਕ ਸਪੀਚ ਤੇ ਇੱਕ ਦਿਮਾਗ। ਇਹਦੇ 'ਚ ਹਾਰਟ ਦਾ ਕੋਈ ਰੋਲ ਨਹੀਂ, ਇਮੋਸ਼ਨਸ ਦਾ ਕੋਈ ਰੋਲ ਨਹੀਂ। ਕੈਲਕੂਲੇਸ਼ਨ, ਸਪੀਚ ਤੇ ਦਿਮਾਗ। ਓਕੇ ਇਹ ਨੰਬਰ 5 ਹੈ। ਫਿਰ ਇਸ ਤੋਂ ਅੱਗੇ ਆ ਗਿਆ ਨੰਬਰ 6, ਨੰਬਰ 6। ਨੰਬਰ 6 ਦੀ ਡੇਟ ਆ ਬਰ 24। ਡੇਟ ਆ ਬਾਥ 15 हुँ, 15 ਡੇਟ ਆਫ ਬਰਥ ਕੱਲੀ 6 ਜੀ 6 ਨੰਬਰ ਹੋ ਗਿਆ ਵੀਨਸ ਦਾ ਹੂੰ ਜਿਹਨੂੰ ਆਪਾਂ ਬੋਲਦੇ ਆ ਸ਼ੁਕਰ ਸ਼ੁਕਰ ਤਾਂ ਸ਼ੁਕਰ ਦਾ ਜਿਹੜਾ ਨੰਬਰ ਹੈ ਇਹ ਰਿਪਰੈਜ਼ੈਂਟ ਕਰਦਾ ਹੈ ਸਾਖਸ਼ਾਤ ਲਕਸ਼ਮੀ ਨੂੰ ਹੂੰ ਪੈਸੇ ਨੂੰ ਫਾਈਨਾਂਸਿਸ ਨੂੰ ਹੂੰ ਸਚਿੰਤ ਤੰਦੁਲਕਰ ਦਾ ਨੰਬਰ 15 ਹੈ ਓਕੇ 6 ਨੰਬਰ ਹੈ ਹੂੰ ਤੁਸੀਂ ਦੇਖ ਲਓ ਫਾਈਨਾਂਸ ਵਿੱਚ ਕੀ ਹੈ ਤੁਸੀਂ ਬਹੁਤ ਸਾਰੇ ਬੰਦੇ ਦੇਖੋਗੇ 6 ਨੰਬਰ ਉਹਨਾਂ ਦਾ ਫਾਈਨਾਂਸ ਅੱਛਾ ਹੀ ਰਹਿੰਦਾ ਹੈ ਹੂੰ ਔਰ ਇਹਨਾਂ ਦੀ ਸਭ ਤੋਂ ਵੱਡੀ 네ਗੇਟਿਵ ਕਹਿ ਲੋ ਜਾਂ ਪੋਜ਼ਿਟਿਵ ਕਹਿ ਲੋ ਮੈਂ ਤਾਂ ਪੋਜ਼ਿਟਿਵ ਹੀ ਕਹੂੰਗਾ ਇਹਨਾਂ ਦੀ ਲਾਈਫ 'ਚ ਜਦੋਂ ਵੀ ਕੋਈ ਊਮਨ ਦੀ ਐਂਟਰੀ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦਾ ਸਕਸੈਸ ਗ੍ਰਾਫ ਉੱਪਰ ਜਾਣਾ ਸ਼ੁਰੂ ਹੋ ਜਾਂਦਾ ਹੈ ਜੇ ਕਿਸੇ ਊਮਨ ਦਾ ਸ਼ੇ ਹੋਵੇ ਫਿਰ ਹਸਬੰਡ ਨਾਲ ਅੱਛਾ ਕਿਉਂਕਿ ਵੀਨਸ ਦਾ ਮਤਲਬ ਹੁੰਦਾ ਹੈ ਵਿਪਰੀਤ ਲਿੰਗ ਹੂੰ ਅਗਰ ਵੂਮਨ ਦੀ ਜਦੋਂ ਤੁਸੀਂ ਕਾਫੀ ਵਾਰੀ ਤੁਸੀਂ ਦੇਖਿਆ ਹੋਊਗਾ ਫਲਾਣੇ ਬੰਦੇ ਦੀ ਮੈਰਿਜ ਹੋ ਗਈ ਉਸ ਤੋਂ ਬਾਅਦ ਬਹੁਤ ਰਾਈਜ਼ ਕਰ ਗਿਆ ਜਾਂ ਫਲਾਣੀ ਲੇਡੀ ਦੀ ਮੈਰਿਜ ਹੋ ਗਈ ਬਹੁਤ ਰਾਈਜ਼ ਕਰ ਗਿਆ ਉਹ ਵੀਨਸ ਹੀ ਜਾਗਰਤ ਹੁੰਦਾ ਓਕੇ 6 ਨੰਬਰ ਦੀ ਲਾਈਫ ਚ ਸਪੋਜ਼ ਕਰੋ ਮੈਰਿਜ ਨਹੀਂ ਵੀ ਹੋਈ ਤਾਂ ਵੈਸੇ ਵੀ ਸਪੋਜ਼ ਕਰੋ ਕਿਸੇ ਦਾ ਅਫੇਅਰ ਹੈ 6 ਨੰਬਰ ਦੇ ਬੰਦੇ ਦੀ ਲਾਈਫ ਚ ਕੋਈ ਵੀ ਲੇਡੀ ਆਏਗੀ ਤਾਂ ਉਹਦਾ ਰਾਈਜ਼ ਸ਼ੁਰੂ ਹੋ ਜਾਏਗਾ ਉਹਦੇ ਲਈ ਸਾਰਾ ਕੁਝ ਉਹਨੂੰ ਦੇਣਾ ਹੀ ਲੇਡੀ ਨੇ ਆ ਉਹਦੇ ਲਈ ਲక్ష్ਮੀ ਲੇਡੀ ਹੈ ਠੀਕ ਹੈ ਫਾਈਨੈਂਸ ਦੇ ਫੀਲਡ ਦੇ ਵਿੱਚ ਇਹ ਬੰਦੇ ਬਹੁਤ ਉੱਪਰ ਜਾਂਦੇ ਆ ਠੀਕ ਹੈ ਕਾਫੀ ਪੈਸਾ ਵੀ ਬਣਾਉਂਦੇ ਆ ਲਾਈਫ ਦੇ ਵਿੱਚ ਫਿਰ ਉਸ ਤੋਂ ਬਾਅਦ ਅਸੀਂ ਆਨੇ ਆ ਸੱਤ ਨੰਬਰ ਤੇ ਨੰਬਰ 7 25 ਆ ਗਈ ਡੇਟ ਆਫ ਬਰਥ 5 ਜੂਨ 27 7 ਆ ਗਈ ਤਾਰੀਖ ਠੀਕ ਹੈ 16 ਆ ਗਈ ਇਹ ਸਾਰੇ ਸੱਤ ਨੰਬਰ ਹੈ ਸੱਤ ਨੰਬਰ ਮੰਨਿਆ ਜਾਂਦਾ ਕੇਤੂ ਨੂੰ ਕੇਤੂ ਇਹ ਰਿਸਰਚ ਦਾ ਨੰਬਰ ਹੈ ਓਕੇ ਆਦਮੀ ਹਮੇਸ਼ਾ ਕੋਈ ਨਾ ਕੋਈ ਚੀਜ਼ ਫਾਈਂਡ ਆਊਟ ਕਰਨ ਲਈ ਜਿਗਿਆਸੂ ਰਹੇਗਾ ਲੱਭਦਾ ਰਹਿੰਦਾ ਹੈ ਇੱਕ ਜਗ੍ਹਾ ਟਿਕਦਾ ਨਹੀਂ ਅਗਰ ਕੋਈ ਪ੍ਰੋਫੈਸ਼ਨ ਕਰ ਵੀ ਰਿਹਾ ਹੈ ਤਾਂ ਉਹਨੂੰ ਨਵੇਂ ਕਿਸੇ ਚੀਜ਼ ਦੀ ਕਿਉਰਿਓਸਟੀ ਹੋ ਗਈ ਨਾ ਉਹਨੇ ਉਧਰ ਰਿਸਰਚ ਕਰਨੀ ਸ਼ੁਰੂ ਕਰ ਦੇਣੀ ਹੈ ਥੋੜੀ ਦੇਰ ਬਾਅਦ ਪਹਿਲੇ ਵਾਲਾ ਛੱਡ ਦੇਣਾ ਕੰਮ ਯਾ ਜੋਬ ਉਹ ਕਹੇਗਾ ਹੁਣ ਮੈਂ ਇਹ ਕਰਾਂਗਾ ਪਰ ਕਰਦਾ ਪੂਰੀ ਸ਼ਿੱਦਤ ਨਾਲ ਹੈ ਰਿਸਰਚ ਓਰੀਐਂਟਡ ਨੰਬਰ ਹੈ ਠੀਕ ਹੈ ਜਿੰਨੂੰ ਕਹਿੰਦੇ ਹਨ ਕਿ ਪਟਕਦਾ ਹੋਇਆ ਮ੍ਰਿਗ ਇਹ 7 ਨੰਬਰ ਹੈ ਕੇਤੂ ਤੋਂ ਰਿਪਰਜ਼ੈਂਟ ਕਰਦਾ ਹੈ ਔਰ ਇਹਨਾਂ ਦੀ ਇੱਕ ਹੋਰ ਖਾਸੀਅਤ ਹੁੰਦੀ ਹੈ 7 ਨੰਬਰ ਦੀ ਇਹ ਟ੍ਰੈਵਲ ਬਹੁਤ ਕਰਦੇ ਆ ਓਕੇ ਇਨਦੇ ਪੈਰ ਚ ਕਹ ਲੋ ਚੱਕਰ ਹੁੰਦਾ ਸੱਤ ਨੰਬਰ ਦਾ ਪੂਰੀ ਦੁਨੀਆ ਘੁੰਮ ਲੈਂਦੇ ਆ ਜੇ ਬਰੌਡ ਨਹੀਂ ਵੀ ਜਾਂਦੇ ਤਾਂ ਤੁਸੀਂ ਦੇਖ ਲਿਓ ਸੱਤ ਨੰਬਰ ਦਾ ਬੱਚਾ ਹੋਏਗਾ ਨਾ 15 16 ਸਾਲ ਦੀ ਉਮਰ ਚ ਇਸ ਤਰੀਕੇ ਦੀ ਹੈਬਿਟਸ ਹੋ ਜਾਣਗੀਆਂ ਟਰੈਵਲਿੰਗ ਬਹੁਤ ਕਰੇਗਾ ਆਪਣੇ ਕੰਟਰੀ ਚ ਰਹਿਣ ਕਈਆਂ ਨੂੰ ਘੁੰਮਣ ਦਾ ਸੈਰ ਸਪਾਟੇ ਦਾ ਬਹੁਤ ਸ਼ੌਂਕ ਹੁੰਦਾ ਮੋਸਟਲੀ 7 ਨੰਬਰ ਪੀਪਲ ਹੋਣਗੇ ਸੱਤ ਨੰਬਰ ਤੋ ਜਿਗਿਆਸੂ ਹੋਣਗੇ ਜਿਗਿਆਸੂ ਹੋਣਗੇ ਦੇਖੋ 7 ਨੰਬਰ ਲਈ ਸਿੱਧਾ ਮੈਂ ਤਾਂ ਇਹ ਵੀ ਕਹਿਣਾ ਕਿ ਉਹਨਾਂ ਨੂੰ ਆਪਣਾ ਪ੍ਰੋਫੈਸ਼ਨ ਵੀ ਉਹ ਡਿਸਾਈਡ ਕਰਨਾ ਚਾਹੀਦਾ ਜਿਹਦੇ ਵਿੱਚ ਟਰੈਵਲਿੰਗ ਹੋਵੇ ਬੈਣ ਵਾਲਾ ਪ੍ਰੋਫੈਸ਼ਨ ਕਦੇ ਕਰਨਾ ਨਹੀਂ ਚਾਹੀਦਾ ਹੂੰ ਤੋ 7 ਨੰਬਰ ਬੇਸਿਕਲੀ ਰਿਪਰੈਜ਼ੈਂਟਸ ਟਰੈਵਲਿੰਗ ਹੂੰ ਸਟਾਕ ਮਾਰਕੀਟ ਹੂੰ ਕਮਿਸ਼ਨ ਹੂੰ ਐਸੇ ਕੰਮ ਜਿਨ੍ਹਾਂ ਚ ਕਮਿਸ਼ਨ ਆਂਦੀ ਹੈ ਆਪਣਾ ਮਨੀ ਨਹੀਂ ਲਗਾਉਣਾ ਹੂੰ ਕਮਿਸ਼ਨ ਤੋਂ ਕਮਾਣਾ ਹੈ ਜਾਂ ਟਰੈਵਲਿੰਗ ਤੋਂ ਕਮਾਣਾ ਹੈ ਤੋ ਬਹੁਤ ਰਾਈਜ਼ ਕਰਦੇ ਆ ਹੂੰ ਫਿਰ ਇਸ ਤੋਂ ਬਾਅਦ ਨੰਬਰ ਆਂਦਾ 8 8 ਨੰਬਰ 26 62817 8 8 ਨੰਬਰ ਦਾ ਬਹੁਤ ਹਾਊਗਾ ਕ੍ਰੀਏਟ ਕੀਤਾ ਜਾਂਦਾ ਜੀ ਸ਼ਨੀ ਦਾ ਨੰਬਰ ਹੈ ਅਨਲਕੀ ਹੋਗੇ ਐਸਾ ਕੁਝ ਨਹੀਂ ਹੈ ਦੇਖੋ 8 ਨੰਬਰ ਬੰਦੇ ਸ਼ਨੀ ਰਿਪਰੈਜ਼ੈਂਟ ਕਰਦਾ ਹੈ ਸੈਟਰਨ 8 ਨੰਬਰ ਨੂੰ ਸੈਟਰਨ ਜਿਹੜਾ ਪਲੈਨਟ ਹੈ ਨਾ ਉਹ ਵਿਰਧ ਪਲੈਨਟ ਹੈ ਓਕੇ ਉਹਦੀ ਫਿਜ਼ੀਕਲ ਅਪੀਅਰੈਂਸ ਬੁੱਢਾ ਹੋ ਬੁੱਢਾ ਪਲੈਨਟ ਹੈ ਉਹਦੀ ਪਿੱਠ ਝੁਕੀ ਹੋਈ ਹੈ ਠੀਕ ਹੈ ਔਰ ਟੀਚਰ ਹੈ ਵਾਲ ਉਹਦੇ ਸਫੇਦ ਹਨ ਤਾਂ ਇਹਦਾ ਮਤਲਬ ਕੀ ਹੋਇਆ ਅੱਠ ਨੰਬਰ ਪੀਪਲ ਹੋਣਗੇ ਨਾ ਜਿੱਦਾਂ ਜਿੱਦਾਂ 30 ਪਲੱਸ ਹੁੰਦੇ ਜਾਂਦੇ ਆ ਹੂੰ ਬੁਢਾਪੇ ਵੱਲ ਜਾਂਦੇ ਜਾਂਦੇ ਆ ਉਹ ਰਾਈਜ਼ ਕਰਦੇ ਜਾਂਦੇ ਆ ਹੂੰ ਉਹਨਾਂ ਦਾ ਔਰਾ ਬਹੁਤ ਵੱਡਾ ਹੁੰਦਾ ਜਾਂਦਾ ਹੈ ਹੂੰ ਜਿਨੂੰ 8 ਨੰਬਰ ਦੇ ਵਿੱਚੋਂ ਇੱਕ ਮੈਂ ਤੁਹਾਨੂੰ ਕਹੂੰਗਾ ਆਪਣੇ ਸੁਪਰਸਟਾਰ ਧਰਮਿੰਦਰ ਜੀ ਹੂੰ ਇੰਦਰਾ ਗਾਂਧੀ ਵਾਸ 8 ਨੰਬਰ ਹੂੰ ਸਰਦਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ 8 ਨੰਬਰ ਹੂੰ ਤੁਸੀਂ ਦੇਖ ਲਓ ਜਿੰਨੀ ਏਜ ਵਧਦੀ ਗਈ ਇਹਨਾਂ ਦਾ ਔਰਾ ਵਧਦਾ ਹੀ ਗਿਆ ਬਿਲਕੁਲ ਠੀਕ ਹੈ ਤੁਹਾਡੀ ਦੇਵਾਨੰਦ ਹੂੰ 8 ਨੰਬਰ ਪੀਪਲ ਹੂੰ ਮਤਲਬ ਜਦੋਂ ਸਕਸੈਸ ਸ਼ੁਰੂ ਹੋਏਗੀ ਤਾਂ ਸੋਲਿਡ ਸ਼ੁਰੂ ਹੋਏਗੀ ਹੂੰ ਇਹ ਨਹੀਂ ਹੈ ਕਿ ਅਪ ਡਾਊਨ ਇੱਕ ਸਾਲ ਹੀ ਚੱਲੇਗੀ ਕੰਸਿਸਟੈਂਸੀ ਚ 30 ਸਾਲ ਤੋਂ ਬਾਅਦ ਆਫਟਰ 32 33 ਹੂੰ ਉਸ ਤੋਂ ਪਹਿਲਾਂ ਕਾਫੀ ਕੁਝ ਸਿਖਾਂਦਾ ਹੈ ਸ਼ਨੀ ਕਿਉਂਕਿ ਸ਼ਨੀ ਟੀਚਰ ਹੈ ਕਾਫੀ ਕੁਝ ਸਿਖਾਂਦਾ ਹੈ ਠੀਕ ਹੈ ਬਹੁਤ ਸਟਰਗਲ ਕਰਵਾਉਂਦਾ ਹੈ ਪਰ ਜਿੱਦਾਂ ਜਿੱਦ ਇਸ ਨੰਬਰ ਦੀ ਵਿਸ਼ੇਸ਼ਤਾ ਇਹ ਕਹਿ ਲੋ ਜਾਂ ਪੋਜ਼ਿਟਿਵ ਪੁਆਇੰਟ ਇਹ ਕਹ ਲੋ ਕਿ ਬੁਢਾਪਾ ਬਹੁਤ ਵਧੀਆ ਜਾਂਦਾ ਓਕੇ ਜਵਾਨੀ ਥੋੜੀ ਸਟਰਗਲ ਜਾਂਦੀ ਹੈ ਠੀਕ ਹੈ ਫਿਰ ਆ ਗਿਆ 9 ਨੰਬਰ 9 ਨੰਬਰ 9 ਨੰਬਰ ਰਿਪਰੈਜ਼ੈਂਟ ਕਰਦਾ ਹੈ ਸਟਰਗਲ ਨੂੰ ਫੋਰਸ ਵਾਇਲੈਂਸ 9 ਨੰਬਰ ਦਾ ਕਮਾਲ ਦੇਖੋ ਤੁਸੀਂ ਕੀ ਹੈ ਦੁਨੀਆ ਦੇ ਵਿੱਚ ਜਿੰਨੀ ਵੀ ਵਾਇਲੈਂਸ ਹੈ 9 ਨੰਬਰ ਨਾਲ ਹੈ ਓਕੇ 9 ਨੰਬਰ ਦਾ ਮਤਲਬ ਹੁੰਦਾ ਮੰਗਲ 27 ਡੇਟ ਆਫ ਬਰਥ ਆ ਗਈ 9 ਆ ਗਈ 18 ਆ ਗਈ ਜਿੰਨ ਦੋ ਤਰੀਕੇ ਦਾ 9 ਨੰਬਰ ਹੁੰਦਾ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਪੋਜ਼ਿਟਿਵ ਤੁਹਾਨੂੰ ਬਣਾਉਂਦਾ ਆਰਮੀ ਅਫੀਸਰ ਹੂੰ ਵਾਇਲੈਂਸ ਉੱਥੇ ਵੀ ਹੁੰਦੀ ਹੈ ਲੇਕਿਨ ਉਹ ਦੇਸ਼ ਲਈ ਕਰ ਰਿਹਾ ਬੰਦਾ ਸਰਵਿਸਿਸ ਦੇ ਵਿੱਚ ਪੋਜ਼ਿਟਿਵ ਹੋਗੀ ਪੁਲਿਸ ਅਫਸਰ ਸਪੋਰਟਸਮੈਨ ਜਿੱਥੇ ਫੋਰਸ ਯੂਜ਼ ਹੁੰਦੀ ਹੈ ਬਲ एनर्जी ए है 9 नंबर जिन्ना भी इस संसार दा बल है फोर्स है वो नंबर 9 है रेड कलर नंबर 9 है जबो 9 नेगेटिव हो जांदा है माडा हो जांदा है टेररिस्ट ओके okay. वायलेंस गलत वायलेंस लड़ाई झगड़े मार काट ये सारा नंबर 9 है ठीक है तो 9 नंबर दी गाड़ी ਤੁਸੀਂ ਲਾਉਂਗੇ मोस्टली ਤੁਸੀਂ ਬਹੁਤ ਜਿਆਦਾ ਕਈ ਵਾਰੀ ਐਕਸੀਡੈਂਟ ਹੋਈ ਗੱਡੀ 9 ਨੰਬਰ ਹੁੰਦੀ ਆ ਤੁਸੀਂ ਚੈੱਕ ਕਰਕੇ ਦੇਖਣਾ ਕਦੇ ਤੇ ਉਹਦੇ ਚ 9 ਨੰਬਰ ਦਾ ਬਹੁਤ ਯੋਗਦਾਨ ਹੁੰਦਾ ਹੈ red ਦਾ ਕਲਰ ਹੈ ਤਾਂ 9 ਨੰਬਰ ਤੋਂ ਇਹ એનર્ਜੀ ਨਾਲ ओरिएंटेड ਨੰਬਰ ਹੈ 9 ਨੰਬਰ ਪਰਸਨ ਨੂੰ ਹਮੇਸ਼ਾ ਹੀ ਲਾਈਫ 'ਚ ਸਕਸੈਸ ਪਾਣੀ ਹੈ ਨਾ ਪਹਿਲਾ ਕੰਮ ਇਹ ਸਟਾਰਟ ਕਰੇ ਕਿ ਗੋ ਟੂ ਜਿਮ ਜਿਮ ਜਾਣਾ ਸ਼ੁਰੂ ਕਰ ਦੇਵੇ ਜਿੱਥੇ ਫੋਰਸ ਲੱਗਦੀ ਹੈ ਉਹਦੀ ਸਕਸੈਸ ਰੇਟ ਵਧਣੀ ਸ਼ੁਰੂ ਹੋ ਜਾਏਗੀ ਪਸੀਨਾ ਜਦੋਂ ਨਿਕਲਣਾ ਸ਼ੁਰੂ ਹੋ ਜਾਏਗਾ ਨੌ ਨੰਬਰ ਸਕਸੈਸਫੁਲ ਹੋਣਾ ਸ਼ੁਰੂ ਹੋ ਜਾਏਗਾ ਬਹੁਤ ਸਿੰਪਲ ਜਿਹਾ ਫਾਰਮੂਲਾ ਹੈ 9 ਨੰਬਰ ਵਾਲਾ ਬੰਦਾ ਅਗਰ 9 ਨੰਬਰ ਵਾਲਾ ਬੰਦਾ ਆਲਸੀ ਜਾਂ ਲਾਥਾਰਜਿਕ ਹੈ ਐਕਸਰਸਾਈਜ਼ ਨਹੀਂ ਕਰਦਾ ਉਹਦੀ ਸਟਰਗਲ ਵੱਧਦੀ ਜਾਏਗੀ ਕਿਉਂਕਿ ਉਹ ਨੰਬਰ એનર્ਜੀ ਦਾ ਹੈ ਉਹ ਕਹਿੰਦਾ ਕਿ એનર્ਜੀ ਨੂੰ ਬਾਹਰ ਕੱਢੋ ਜੇ ਤੁਸੀਂ ਨਹੀਂ ਕੱਢਦੇ ਫਿਰ ਉਹ ਤੁਹਾਨੂੰ ਟਰਮੋਇਲ ਦਿੰਦਾ ਡਿਸਟਰਬੈਂਸ ਪੈਦਾ ਕਰਦਾ ਫਿਰ 9 ਤੋਂ ਬਾਅਦ ਆ ਗਿਆ ਫਿਰ ਉਹੀ 10 ਨੰਬਰ ਇੱਕ ਨੰਬਰ ਇੱਕ ਆ ਬਸ ਇਸ ਤਰੀਕੇ ਨਾਲ ਇਹ ਮੰੂ ਲੰਕ ਦੀ ਕਹਾਣੀ ਹੈ ਸਾਰੀ ਹਰੇਕ ਨੰਬਰ ਦਾ ਅਸੀਂ ਇਦਾਂ ਦੇਖਦੇ ਹਾਂ ਇਹ ਹਰੇਕ ਨੰਬਰ ਦੇ ਡਿਫਰੈਂਟ ਡਿਫਰੈਂਟ ਲੱਕੀ ਸਟੋਨ ਹੈ ਅਸੀਂ ਉਹ ਸਟੋਨ ਵੀਰ ਕਰ ਸਕਦੇ ਆ ਉਹ ਕਲਰ ਯੂਜ਼ ਕਰ ਸਕਦੇ ਆ ਜਿਹਦੇ ਕਰਕੇ ਲਾਈਫ ਦੇ ਵਿੱਚ ਉਸ ਪਲੈਨਟ ਦੀ ਐਂਟਰੀ ਵੱਧ ਜਾਂਦੀ ਹੈ ਉਹ ਵਿਸ਼ੇਸ਼ਤਾ ਪਰਸਨ ਦੇ ਵਿੱਚ ਵੱਧ ਜਾਂਦੀ ਹੈ ਤੇ ਉਹਨੂੰ ਸਕਸੈਸ ਮਿਲਣੀ ਸ਼ੁਰੂ ਹੋ ਜਾਂਦੀ ਹੈ ਇਸ ਤਰੀਕੇ ਨਾਲ ਹੈ ਫਿਰ ਇਸ ਤੋਂ ਬਾਅਦ ਪੂਰੀ ਡੇਟ ਆਫ ਬਰਥ ਨੂੰ ਅਸੀਂ ਕਾਊਂਟ ਕਰਦੇ ਆ ਜੇ ਮਤਲਬ ਪੂਰੀ ਡੇਟ ਆਫ ਬਰਥ ਨੂੰ ਆਪਾਂ ਕਾਊਂਟ ਕਰੀਏ ਦਿਨ ਮਹੀਨਾ ਤੇ ਸਾਲ ਹੈ ਨਾ ਉਹਦਾ ਵੀ ਇੱਕ ਨੰਬਰ ਨਿਕਲਦਾ ਹੈ ਹਾਂ ਉਹ ਜਿਹੜਾ ਲਾਸਟ ਵਿੱਚ ਅਸੀਂ ਇੱਕ ਨੰਬਰ ਹੀ ਕੱਢਣਾ ਉਹ ਜਿਹੜਾ ਇੱਕ ਨੰਬਰ ਮਿਲੇਗਾ ਉਹਨੂੰ ਕਹਿੰਦੇ ਆ ਭਾਗਿਆ ਅੰਕ ਭਾਗਿਆ ਅੰਕ ਡੈਸਟੀਨੀ ਨੰਬਰ ਤੇ ਹੁਣ ਇਹ ਇਹ ਕੰਫਿਊਜ਼ਨ ਜੀ ਕ੍ਰੀਏਟ ਹੋ ਗਈ ਹੈ ਤੁਸੀਂ ਕਹਿੰਦੇ ਸੀ ਪਹਿਲਾਂ ਤੁਸੀਂ ਇਹ ਦੱਸਿਆ ਪਈ ਜਿਹੜੀ ਡੇਟ ਹੈ ਹੈ ਨਾ ਉਹਦੇ ਹਿਸਾਬ ਨਾਲ ਤੁਸੀਂ 1 ਤੋਂ ਲੈ ਕੇ 9 ਤੱਕ ਵਿਸ਼ੇਸ਼ਤਾਵਾਂ ਦੱਸੀਆਂ ਹੈਗੀਆਂ ਹੈ ਨਾ ਜਿਹੜਾ ਅੰਕ ਜਿਹੜਾ ਭਾਗਿਆ ਅੰਕ ਨਿਕਲਣਾ ਪੂਰੇ ਪੂਰਾ ਮਹੀਨਾ ਤੇ ਡੇਟ اور ਮਿਸਾਲ ਲੈ ਕੇ ਉਹ 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 ਦੇਖਿਆ ਜਾਵੇ ਜਾਂ ਪਹਿਲੇ ਵਾਲਾ ਦੇਖਿਆ ਜਾਵੇ ਪਹਿਲਾ ਨੰਬਰ ਦੇਖੋ ਇਹਦੇ ਵਿੱਚ ਕੀ ਹੁੰਦਾ ਜਿਹੜਾ ਪਹਿਲਾ ਨੰਬਰ ਹੁੰਦਾ ਹੈ ਨਾ ਉਹਨੂੰ ਪ੍ਰਾਇਮਰੀ ਡਰਾਈਵਰ ਨੰਬਰ ਕਹਿੰਦੇ ਆ ਓਕੇ ਡਰਾਈਵਰ ਓਕੇ ਜਿਹੜਾ ਭਾਗ ਅੰਕ ਹੁੰਦਾ ਹੈ ਨਾ ਉਹਨੂੰ ਕੰਡਕਟਰ ਕਹਿੰਦੇ ਆ ਓਕੇ ਤੁਸੀਂ ਆਪ ਸਮਝ ਲਓ ਵੀ ਕਿਹਦੀ ਇੰਪੋਰਟੈਂਸ ਜ਼ਿਆਦਾ ਡਰਾਈਵਰ ਦੀ ਹੈ ਗੱਡੀ ਚਲਾਉਣ ਦੇ ਲਈ ਕਿ ਕੰਡਕਟਰ ਦੀ ਹੈ ਡਰਾਈਵਰ ਦੀ ਓਕੇ ਹੈਗੇ ਦੋਨੋਂ ਹੀ ਆ ਬੱਸ ਚਲਾਉਣ ਦੇ ਵਿੱਚ ਲੇਕਿਨ ਡਰਾਈਵਰ ਦਾ ਯੋਗਦਾਨ ਜ਼ਿਆਦਾ ਹੁੰਦਾ ਹੈ ਤੋ ਫਸਟ ਨੰਬਰ ਇਜ਼ ਡਰਾਈਵਰ ਜਿਹੜੀ ਡੇਟ ਡੇਟ ਹੈ ਦੂਸਰਾ ਕੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਪਣਾ ਸੰ ਨਹੀਂ ਯਾਦ ਹੁੰਦਾ ਹੂੰ ਤਾਂ ਡਰਾਈਵਰ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ ਹਾਲੇ ਕਿ ਜਿਹੜਾ ਭਾਗਿਆ ਅੰਕ ਹੁੰਦਾ ਹੈ ਹੂੰ ਕਨੈਕਟਰ ਨੰਬਰ ਹੁੰਦਾ ਹੈ ਹੂੰ ਉਹਦੇ ਵੀ ਲੱਛਣ ਜਾਂ ਵਿਸ਼ੇਸ਼ਤਾਵਾਂ ਇਨਸਾਨ ਦੀ ਲਾਈਫ ਦੇ ਵਿੱਚ ਦਿਖਦੀਆਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਪ੍ਰਾਇਮਰੀ ਜਦੋਂ ਅਸੀਂ ਕਿਸੇ ਦੀਆਂ ਗੁਣਾਂ ਜਾਂ ਵਿਸ਼ੇਸ਼ਤਾ ਨੂੰ ਟ੍ਰਿਗਰ ਕਰਨਾ ਹੈ ਇਨਹਾਂਸ ਕਰਨਾ ਹੈ ਤਾਂ ਅਸੀਂ ਉਹਦੀ ਪ੍ਰਾਇਮਰੀ ਡਰਾਈਵਰ ਨੰਬਰ ਨੂੰ ਹੀ ਚੱਕਿਆ ਜਾਂਦਾ ਹੈ ਹੂੰ ਉਥੋਂ ਯੋ ਦਾ ਅਪਡਾਉਨ ਜ਼ਿਆਦਾ ਦੇਖਿਆ ਜਾਂਦਾ ਹੈ ਜਾਂ ਉਹਦੇ ਵਿੱਚ ਸੁਧਾਰ ਕਰਨਾ ਹੋਵੇ ਉਹਦੇ ਕਲਰ ਯੂਜ਼ ਕਰਵਾਏ ਜਾਂਦੇ ਆ ਉਸ ਨੰਬਰ ਨਾਲ ਰਿਲੇਟਡ ਠੀਕ ਹੈ ਜਿੱਦਾਂ ਸਨ ਦੇ ਕਲਰ 골ਡਨ ਕਲਰ येलो ਕਲਰ ਇਹ ਸਾਰੇ ਕਲਰ 레드 ਕਲਰ ਇਹ ਉਸ ਆਦਮੀ ਨੂੰ ਜ਼ਿਆਦਾ ਰეკਮੈਂਡ ਕੀਤਾ ਜਾਂਦਾ ਹੈ ਸਨ ਰਾਈਜ਼ ਤੋਂ ਪਹਿਲਾਂ ਉੱਠੇ ਸੂਰਜ ਚੜ੍ਹਿਆ ਨਹੀਂ ਹੋਣਾ ਚਾਹੀਦਾ ਉਹ ਉਸ ਤੋਂ ਪਹਿਲਾਂ ਉੱਠ ਕੇ ਜਲਦੀ ਤਿਆਰ ਹੋ ਜਾਵੇ। ਇਹ ਇਹ ਕਿਸ ਅੰਕ ਦਾ ਜੀ? ਇੱਕ ਨੰਬਰ। ਇੱਕ ਨੰਬਰ ਦਾ। ਹਾਂ, ਦੋ ਨੰਬਰ ਨੂੰ ਕਿਹਾ ਦੋ ਨੰਬਰ ਨੂੰ ਕਿਹਾ ਜਾਂਦਾ ਕਿ ਜ਼ਿਆਦਾ ਪਾਣੀ ਲਿਕਵਿਡ ਦਾ ਯੂਜ਼ ਕਰੇ। ਠੰਡੀਆਂ ਚੀਜ਼ਾਂ ਜ਼ਿਆਦਾ ਖਾ। ਪੂਰੀ ਜਿਹੜਾ ਵਰਤ ਹੈ? ਨਹੀਂ ਜਿਹਦਾ ਦੋ ਹੈ ਫਸਟ ਮੂਲ ਨੰਬਰ। ਮੂਲ ਨੰਬਰ। ਹਾਂ, ਡਰਾਈਵਰ। ਪੂਰੀ ਦਾ ਤਾਂ ਦੇਖੋ ਹੁਣ ਸੌਰੀ ਅਬ ਆਪਾਂ ਡਿਟੇਲ ਤੇ ਆ ਗਏ। ਹੂੰ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕੰਡਕਟਰ ਨੰਬਰ ਦੀ। ਕੰਡਕਟਰ ਨੰਬਰ ਦਾ ਰੋਲ ਜ਼ਰੂਰ ਹੁੰਦਾ। ਹੂੰ। ਸਪੋਜ਼ ਕਰੋ ਕਿਸੇ ਦਾ ਨੰਬਰ 1 ਡਰਾਈਵਰ ਹੈ ਤੇ 7 ਨੰਬਰ ਹੈ ਉਹਦਾ ਹੂੰ ਕੰਡਕਟਰ ਹੂੰ ਤੋਂ ਉਹਦੇ ਵਿੱਚ ਸੂਰੇ ਦੇ ਗੁਣ ਵੀ ਹੋਣਗੇ ਤੇ ਕੇਤੂ ਦੇ ਵੀ ਹੋਣਗੇ ਓਕੇ ਸੂਰੇ ਦੇ ਵੀ ਹੋਣਗੇ ਕੇਤੂ ਦੇ ਵੀ ਹੋਣਗੇ ਹੁਣ ਨਿਮਰੋਲੋਜੀ ਦੇ ਵਿੱਚ ਐਂਟੀ ਤੇ ਫੇਵਰੇਟ ਕੰਬੀਨੇਸ਼ਨ ਵੀ ਹੁੰਦਾ ਇੱਕ ਨੰਬਰ ਤੇ 7 ਨੰਬਰ ਆਪਸ ਦੇ ਵਿੱਚ ਫਰੈਂਡਸ ਹੈ ਓਕੇ ਤੋਂ ਇਨਸਾਨ ਦੇ ਕਾਫੀ ਸਾਰੇ ਲੱਛਣ ਲੱਕ ਕਿਸਮਤ ਇੱਕ ਨੰਬਰ ਸੂਰੇ ਤੇ ਡਿਪੈਂਡ ਕਰੇਗੀ ਤੇ 7 ਨੰਬਰ ਕੇਤੂ ਤੇ ਮਤਲਬ ਐਸਾ ਆਦਮੀ ਟਰੈਵਲਿੰਗ ਜ਼ਰੂਰ ਕਰਦਾ ਹੋਏਗਾ ਤੇ 8 ਨੰਬਰ ਤੁਸੀਂ ਕਿਹਾ ਸ਼ਨੀ ਦਾ ਹੁੰਦਾ 8 ਨੰਬਰ ਸ਼ਨੀ ਦਾ ਹੁੰਦਾ ਤੇ 3 ਨੰਬਰ ਰਾਹੁ ਦਾ ਨਾ 3 ਨੰਬਰ ਜੁਪੀਟਰ ਦਾ ਜੁਪੀਟਰ ਦਾ ਬ੍ਰਸਪਤੀ ਦਾ ਓਕੇ ਨੌਲੇਜ ਦਾ ਹੂੰ ਨੌਲੇਜ ਦਾ ਆਰਟਿਸਟਿਕ ਨੌਲੇਜ ਬਹੁਤ ਹੁੰਦੀ ਬੰਦੇ ਮੇਰਾ ਤਾਂ 3 ਬਣਦਾ ਫਿਰ ਅਬ ਤੁਸੀਂ ਲਿਟਰੇਰੀ ਹੁਣ ਹੈਗੇ ਹੋ ਕਿ ਨਹੀਂ ਹੈਗੇ ਤੁਸੀਂ ਜਾਦਾ ਜਾਣਦੇ ਹੋ ਨਹੀਂ ਨਹੀਂ ਤੁਹਾਡੀ ਗੱਲ درست ਹੋ ਗਈ ਨਾ ਹਾਂ 3 ਨੰਬਰ ਨੌਲੇਜ ਵਾਲ ਬੰਦੇ ਦਾ ਝੁਕਾ ਹੁੰਦਾ ਚਾਹੇ ਉਹ ਕਿਸੇ ਵੀ ਪ੍ਰਕਾਰ ਦੀ ਹੋਵੇ ਉਹ ਬੰਦਾ ਕਿਊਰੀਅਸ ਹੁੰਦਾ ਕਿ ਮੈਂ ਇਸ ਫੀਲਡ ਦੀ ਨੌਲੇਜ ਲਈ ਆ ਹੁਣ ਮੈਂ ਆ ਵੀ ਲਵਾਂ ਆ ਵੀ ਲਵਾਂ ਹੂੰ ਚਾਹੇ ਉਹ ਆਰਟਿਸਟਿਕ ਫੀਲਡ ਚ ਜ਼ਿਆਦਾਤਰ ਦੇਖਿਆ ਗਿਆ ਕਿ ਉਹ ਆਰਟਿਸਟਿਕ ਫੀਲਡ ਚ ਹੀ ਹੁੰਦਾ ਤੁਸੀਂ ਬਹੁਤ ਅੱਛੇ ਅੱਛੇ ਆਰਟਿਸਟ ਦੇਖੋਗੇ ਨਾ 3 ਨੰਬਰ ਵਾਲੇ ਆ ਆਰਟਿਸਟ ਜੀ ਮੇਰੀ ਡੇਟ ਆਫ ਬਰਥ ਜਿਹੜੀ ਹੈਗੀ 12 ਆ ਹਾਂ ਫੇ 3 ਨੰਬਰ ਬਣਦਾ ਨਾ 3 ਨੰਬਰ ਬਣ ਗਿਆ ਹਾਂ ਤਾਂ 3 ਨੰਬਰ ਉਹੀ ਹੈ ਆਰਟਿਸਟਿਕ ਰਾਈਟਿੰਗ ਦਾ ਸ਼ੌਂਕ ਹੋਣਾ ਠੀਕ ਹੈ ਸਪਿਰਚੁਅਲਿਜ਼ਮ ਵੱਲ ਧਿਆਨ ਹੋਣਾ ਇਹ ਸਭ 3 ਨੰਬਰ ਦੇ ਉਹ ਹੈ ਨੋਲੇਜ ਓਰੀਐਂਟਡ ਪੀਪਲ ਹੁੰਦੇ ਆ ਜਿਵੇਂ ਹੁਣ ਮੇਰੀ ਡੇਟ ਆਫ ਬਰਥ ਜੋ ਸਾਰੀ ਟੋਟਲ ਕੀਤੀ ਜਾਵੇ ਉਹ 8 ਬਣਦੀ ਹੈ 8 ਤੁਹਾਡਾ ਕੀ ਹੋ ਗਿਆ 8 ਦਾ ਮਤਲਬ ਕੀ ਹੋ ਗਿਆ ਸ਼ਨੀ ਜਿੱਦਾਂ ਮੈਂ ਦੱਸ ਕੇ ਗਿਆ 3 ਨੰਬਰ ਹਮ ਸਟਾਰਟ ਹੁੰਦਾ ਡਰਾਈਵਰ ਤੋਂ 3 ਨੰਬਰ ਨੋਲੇਜ ਕਿਉਰਿਓਸਟੀ ਆਰਟ ਇਹਦੇ ਵਿੱਚ ਧਿਆਨ ਜ਼ਰੂਰ ਹੈਗਾ ਪਰ 8 ਨੰਬਰ ਡੈਸਟੀਨੀ ਭਾਗ ਹੈ ਆਫਟਰ 32 ਸਟੇਬਿਲਟੀ ਆਏਗੀ ਲਾਈਫ ਚ ਓਕੇ 35 36 40 ਜਿੱਦਾਂ ਜਿੱਦਾਂ ਏਜ ਵਧਦੀ ਜਾਏਗੀ ਤੁਸੀਂ ਸਟੇਬਲ ਹੁੰਦੇ ਜਾਓਗੇ ਸਾਡਾ ਪਲੇਟਫਾਰਮ ਸਟੇਬਲ ਹੁੰਦਾ ਜਾਏਗਾ ਇੰਦਾ ਕੰਬੀਨੇਸ਼ਨ ਚੱਲਦਾ ਹੈ ਭਾਗਯ ਅੰਕ ਦਾ ਮਤਲਬ ਕੀ ਹੋ ਗਿਆ ਕਿ ਭਾਗਯ ਉਹਦੋਂ ਚਮਕੇਗਾ ਸਾਲ ਵੀ ਹੁੰਦੇ ਨੇ ਪਿਆ ਸਾਲ ਤੋਂ ਬਾਅਦ ਹੀ ਹੋਣਾ ਜਾਏ ਸਾਲ ਤੋਂ ਬਾਅਦ ਹੋਣਾ ਨਹੀਂ ਨਹੀਂ ਦੇਖੋ ਜਿੱਦਾਂ 8 ਨੰਬਰ ਹੈ ਮੋਸਟਲੀ 32 ਤੋਂ ਬਾਅਦ ਹੀ ਸ਼ਨੀ ਰਾਈਜ਼ ਕਰਵਾਉਂਦਾ ਹੈ ਓਕੇ ਸਟਰਗਲ ਕਰਵਾਉਂਦਾ ਜਿਹੜੇ 3 ਜੁਪੀਟਰ ਮੰਨ ਲਓ ਕਿਸੇ ਦਾ ਭਾਗਯ ਅੰਕ 3 ਬੰਦ ਹੈ 2 ਬੰਦ ਹੈ ਉਹਨੂੰ ਜਲਦੀ ਰਾਈਜ਼ ਹੋਣਾ ਸ਼ੁਰੂ ਹੋ ਜਾਂਦੇ ਆ 3 ਨੰਬਰ 8 ਨੰਬਰ ਥੋੜਾ ਡਿਲੇ ਕਰਦਾ ਹੈ ਹੂੰ ਇਸ ਕਰਕੇ ਥੋੜਾ ਜਿਹਾ ਖੌਫ ਜਿਆਦਾ ਕੋਈ ਸਲੋ ਪਲੈਨਟ ਹੈ ਸਲੋ ਪਲੈਨਟ ਹੈ ਨਾ ਸੈਟਰਨ ਵੀ ਚਾਰਲਸ ਸਲੋ ਹੈ ਪਰ ਜਦੋਂ ਚੱਲਦਾ ਫਿਰ ਇਹ ਲੰਬਾ ਚੱਲਦਾ ਓਕੇ ਜਾਂਦਾ ਵੀ ਸਲੋ ਹੈ ਆਂਦਾ ਵੀ ਸਲੋ ਹੈ ਸਕਸੈਸ ਆਣੀ ਔਖੀ ਹੈ ਤੇ ਸਕਸੈਸ ਜਾਣੀ ਵੀ ਔਖੀ ਹੈ ਇੱਕ ਵਾਰੀ ਜਦੋਂ ਮਿਲਣੀ ਸ਼ੁਰੂ ਹੋ ਗਈ ਫਿਰ ਬਸ ਬਹੁਤ ਸਟੇਬਲ ਕਰਦਾ ਸਟੇਬਲ ਕਰ ਦਿੰਦਾ ਸਟੇਬਿਲਟੀ ਦਾ ਪਲੈਨਟ ਹੈ ਬੇਸਿਕਲੀ ਮੈਂ ਤੁਹਾਨੂੰ ਦੱਸਿਆ ਨਾ ਜੋ ਸ਼ਨੀ ਦੀ ਫਿਜ਼ੀਕਲ ਅਪੀਅਰੈਂਸ ਹੈ ਵਾਲ ਚਿੱਟੇ ਸਰੀਰ ਵਿਰਧ ਉਜਨੀ ਹੈ ਜਦੋਂ ਇਨਸਾਨ ਖੁਦ ਉਸ ਤਰੀਕੇ ਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਸக்ஸਸੈਸ ਦੇਣੀ ਸ਼ੁਰੂ ਕਰ ਦਿੰਦਾ ਹੈ ਓਕੇ ਆਟੋਮੈਟਿਕਲੀ ਕੁਦਰਤ ਦਾ ਇਹ ਬਣਿਆ ਹੋਇਆ ਸਿਸਟਮ ਤੁਸੀਂ ਮੋਸਟ ਆਫ ਦਾ ਪੀਪਲ ਜਿਹੜੇ ਬੁਢਾਪੇ ਜਾ ਕੇ ਸக்ஸਸਸ ਛੁੰਦੇ ਆ 8 8 ਦਾ ਕਿਤੇ ਨਾ ਕਿਤੇ ਯੋਗਦਾਨ ਉਹਨਾਂ ਦੀ ਲਾਈਫ 'ਚ ਜ਼ਰੂਰ ਹੋਏਗਾ ਜਾਂ ਉਹਨਾਂ ਦਾ ਕੰਡਕਟਰ ਨੰਬਰ 8 ਹੋਏਗਾ ਜਾਂ ਪ੍ਰਾਇਮਰੀ ਡਰਾਈਵਰ ਨੰਬਰ ਹੋਏਗਾ 8 ਇਹ ਜਿਹੜੇ ਤੁਸੀਂ ਦੱਸੇ ਅੰਕ ਵਗੈਰਾ ਦੱਸੇ ਆ ਕਿਸੇ ਨੇ ਕੋਈ ਅੱਛਾ ਕੰਮ ਕਰਨ ਜਾਣਾ ਕੋਈ ਇੰਪੋਰਟੈਂਟ ਕੰਮ ਕਰਨ ਜਾਣਾ ਉੱਥੇ ਵੀ ਕੰਮ ਕਰਦੇ ਨੇ ਬਿਲਕੁਲ ਕਰਦੇ ਆ ਉੱਥੇ ਇਹ ਇਹਨਾਂ ਅੰਕਾਂ ਨੂੰ ਕਿਵੇਂ ਯੂਜ਼ ਕੀਤਾ ਜਾਂਦਾ ਹਾਂ ਦੇਖੋ ਇਦਾਂ ਜਿਸ ਤਰੀਕੇ ਹੁਣ ਇੱਕ ਨੰਬਰ ਹੈ ਕੋਈ ਬੰਦਾ ਇੱਕ ਨੰਬਰ ਵਾਲੇ ਨੂੰ 4 ਔਰ 8 ਨੰਬਰ ਉਹਦੇ ਐਂਟੀ ਆ ਇੱਕ ਨੰਬਰ ਤੇ 4 ਔਰ 8 ਉਹਦੇ ਲਈ ਅਨਲਕੀ ਡੇਟਸ ਐ ਓਕੇ ਤਾਂ ਅਨਲਕੀ ਦਾ ਮਤਲਬ ਕੀ ਹੋ ਗਿਆ 4 ਤਰੀਕ 13 ਤਰੀਕ 22 ਤਰੀਕ 17 ਤਰੀਕ 26 ਤਰੀਕ 8 ਤਰੀਕ ਇਹ ਉਹਦੀਆਂ 1 ਮਹੀਨੇ ਦੇ ਵਿੱਚ 6-7 ਦਿਨ ਉਹਦੇ 네ਗੇਟਿਵ ਆ ਗਏ ਅਨਲਕੀ ਤੋਂ ਆਪਣੇ ਇੰਪੋਰਟੈਂਟ ਕੰਮ ਇਹਨਾਂ ਦਿਨਾਂ ਨੂੰ ਪੋਸਟਪੋਨ ਕਰ ਦੋ ਸਹੀ ਉਹਦੇ ਲੱਕੀ ਕੀ ਹੋਗੇ ਆ ਸਭ ਤੋਂ ਮੋਸਟ ਲੱਕੀ ਵਨ 1 2 3 7 9 ਇਹ ਉਹਦੇ ਲਈ ਲੱਕੀ ਆ ਓਕੇ ਇਹਨਾਂ ਦੇ ਮਲਟੀਪਲ ਤੁਸੀਂ ਜੋੜ ਲਓ ਜਦੋਂ ਜਦੋਂ ਇਹ ਤਰੀਕਾਂ ਆਉਂਦੀਆਂ ਚਲੋ ਉਹ ਜ਼ਿਆਦਾ ਜੋੜਨ ਦੀ ਲੋੜ ਹੀ ਨਹੀਂ ਆ ਤੁਸੀਂ ਅਨਲਕੀ ਗਾੜ ਲਓ ਬਾਕੀ ਤੁਹਾਡੇ ਲਈ ਲੱਕੀ ਹੈ ਐਂਡ ਮੋਸਟ ਲੱਕੀ ਹੋਏਗਾ ਤੁਹਾਡਾ ਡਰਾਈਵਰ ਦਾ ਡੇਟ ਮੰਨ ਲਓ ਇੱਕ ਨੰਬਰ ਹੈ ਕਿਸੇ ਦੀ 10 ਡੇਟ ਆਫ ਬਰਥ ਹੈ ਉਹਦੇ ਲਈ 28 ਬਹੁਤ ਲੱਕੀ ਹੈ 28 ਤਰੀਕ 10 ਤਰੀਕ ਹਮ 1 ਤਰੀਕ 19 19 ਤਰੀਕ ਉਹਦੇ ਲਈ ਲੱਕੀ ਹੈ ਤਾਂ ਹੋ ਗਿਆ ਨਾ ਸਿੱਧਾ ਕੋਈ ਕੋਈ ਕੁੰਡਲੀ ਦੇਖਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਕਰਨ ਦੀ ਬਿਲਕੁਲ ਸਿੱਧਾ ਸ਼ਾਰਟਕਟ ਹੈ ਸਹੀ ਹਾਂ ਇਸੇ ਤਰੀਕੇ ਨਾਲ ਅਲੱਗ-ਅਲੱਗ ਨੰਬਰ ਦੀ ਡਿਫਰੈਂਟ ਬਣੀ ਹੋਈ ਹੈ ਦੋ ਨੰਬਰ ਵਾਸਤੇ ਵੀ 4 ਔਰ 8 ਲੱਕੀ ਨਹੀਂ ਹੈਗੇ ओके ओदे लिए 1 नंबर ये 1 2 3 7 9 ਦਾ ਲੱਗ ਗਰੁੱਪ ਹੈ ਇਦਾਂ ਹੀ 9 ਨੰਬਰ ਲਈ ਵੀ ਸੇਮ ਹੈ 4 ਨੰਬਰ ਇੱਕ ਐਸਾ ਹੈ 4 ਨੂੰ 4 ਨੰਬਰ ਲੱਕੀ ਨਹੀਂ ਹੈ ओके 4 ਰਾਹੁ ਹੈ 4 ਨੂੰ ਲੱਕੀ ਹੁੰਦਾ ਹੈ 1 ਨੰਬਰ ਪਰ 1 ਦੇ ਨਾਲ ਜਦੋਂ 4 ਲੱਗ ਗਿਆ ਤਾਂ 1 ਨੂੰ ਨੁਕਸਾਨ ਹੋਣਾ ਹੈ 4 ਨੂੰ ਫਾਇਦਾ ਹੋਣਾ ਹੈ ओके ਜਿਹੜਾ 4 ਨੰਬਰ ਹੈ ਉਹ 1 ਦੀ એનર્ਜੀ ਲਾਏਗਾ ਸਾਰੀ ਠੀਕ ਹੈ ਅੱਛਾ ਜਿਹੜਾ 1 ਨੰਬਰ ਹੈ ਉਹਨੂੰ लॉस ਹੋ ਜਾਣਾ ਹੈ ਰਾਹੁ ਹੈ ਨਾ ਸੂਰੇ ਨੂੰ ਗ੍ਰਹਿਣ ਲੱਗ ਜਾਂਦਾ ਹੂੰ ਤਾਂ ਉਹ ਗੜਬੜ ਹੋਣੀ ਸ਼ੁਰੂ ਹੋ ਜਾਏਗੀ ਕਿਉਂਕਿ ਮੋਸਟ ਪੀਪਲ ਕੋਈ ਪਾਰਟਨਰਸ਼ਿਪ ਹੁੰਦੀਆਂ ਨੇ ਜਾਂ ਹੋਰ ਕੰਬੀਨੇਸ਼ਨ ਹੁੰਦੇ ਆ ਆਪਸ ਵਿੱਚ ਇਕੱਠੇ ਕੰਮ ਕਰ ਰਹੇ ਕੁਝ ਤੋ ਥੋੜੀ ਦੇਰ ਬਾਅਦ ਤੁਸੀਂ ਜਦੋਂ ਇਸ ਚੀਜ਼ ਦੀ ਗਹਿਰਾਈ ਜਾ ਕੇ ਦੇਖੋਗੇ ਤਾਂ ਕਿਤੇ ਨਾ ਕਿਤੇ ਕਾਰਨ ਜ਼ਰੂਰ ਨਿਕਲੇਗਾ ਕੋਈ ਨਾ ਕੋਈ ਇਹ ਐਡੀ ਅੰਕ ਵਿਦਿਆ ਤੁਸੀਂ ਦੱਸ ਰਹੇ ਹੋ ਇਹਦਾ ਮਤਲਬ ਸਪਿਰਚਲ ਕਿੰਨਾ ਕਿੰਨ ਕੁ ਯੂਜ਼ ਨੂੰ ਦਾ ਸਪਿਰਚਲ ਕਾਫੀ ਹੈ ਨਾ ਦੇਖੋ ਸੂਰਜ ਗ੍ਰਹਿ ਨਾਲ ਕਨੈਕਟਡ ਹੋ ਗਿਆ ਇੱਕ ਨੰਬਰ ਹਮ ਸੂਰੇ ਦੀ ਆਰਾਧਨਾ ਹਮ ਠੀਕ ਹੈ ਜਲਦੀ ਉੱਠਣਾ ਭਗਵਾਨ ਸੂਰ ਸੂਰੇ ਨਾਰਾਇਣ ਭਗਵਾਨ ਨਾਲ ਰਿਲੇਟ ਹੋ ਜਾਂਦਾ ਹੈ ਸਿੱਧਾ ਇੱਕ ਨੰਬਰ ਇੱਕ ਨੰਬਰ ਦੋ ਨੰਬਰ ਮੂਨ ਨਾਲ ਰਿਲੇਟ ਹੋ ਜਾਂਦਾ ਜੇ ਅਸੀਂ ਹਿੰਦੂ ਮਿਥੋਲੋਜੀ ਚ ਕਰੀਏ ਤਾਂ ਸ਼ਿਵ ਜੀ ਨਾਲ ਰਿਲੇਟ ਹੋ ਜਾਂਦਾ ਦੋ ਨੰਬਰ ਸ਼ਿਵ ਨਾ ਦੋ ਨੰਬਰ ਦੋ ਨੰਬਰ ਤਿੰਨ ਨੰਬਰ ਬ੍ਰਹਮਾ ਨਾਲ ਰਿਲੇਟ ਹੋ ਜਾਂਦਾ ਚਾਰ ਤੇ ਅੱਠ ਦਾ ਸਿੱਧਾ ਸੰਬੰਧ ਸ਼ਨੀ ਤੇ ਰਾਹੂ ਨਾਲ ਹੈ ਅੱਠ ਨੰਬਰ ਤਾਂ ਪ੍ਰੋਪਰ ਸ਼ਨੀ ਨਾਲ ਹੈ ਚਾਰ ਨੰਬਰ ਰਾਹੂ ਨਾਲ ਕਰੈਕਟਡ ਹੋ ਜਾਂਦਾ ਸੱਤ ਨੰਬਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੇਤੂ ਜਿਵੇਂ ਤੁਸੀਂ ਦੱਸ ਰਹੇ ਹੋ ਸ਼ਿਵ ਸ਼ਿਵ ਜੀ ਭਗਵਾਨ ਜਾਂ ਬ੍ਰਹਮਾ ਜੀ ਜਾਂ ਹੈਨਾ ਇਹਨਾਂ ਲੋਕਾਂ ਨੂੰ ਫਿਰ ਕੀ ਕਰਨੀ ਚਾਹੀਦੀ ਉਹਨਾਂ ਦੀ ਪੂਜਾ ਕਰਨੀ ਚਾਹੀਦੀ ਆਹ ਥੋੜਾ ਉਹਨਾਂ ਵੱਲ ਵਰਸ਼ਿਪ ਥੋੜਾ ਵਧਾ ਦਿਓ ਅੱਛਾ ਸਪੋਜ਼ ਕਰੋ 6 ਨੰਬਰ ਆਦਮੀ ਹੈ ਉਹਦਾ ਮੇਨ ਦੇਵੀ ਆ ਜਿਹੜੀ ਇਸਤ ਦੇਵੀ ਲਕਸ਼ਮੀ ਹੈ ਲਕਸ਼ਮੀ ਤਾਂ ਉਹਨੂੰ ਲਕਸ਼ਮੀ ਦੀ ਆराधना ਕਰਨੀ ਚਾਹੀਦੀ ਹੈ ਉਹਦੇ ਨਾਲ ਉਹਨੂੰ ਰਾਈਜ਼ ਬਹੁਤ ਮਿਲੂਗਾ ਲਾਈਫ ਦੇ ਵਿੱਚ ਪੰਜ ਨੰਬਰ ਵਾਲਾ ਬੁੱਧ ਹੈ ਹਮ ਗਣੇਸ਼ ਹਮ ਗਣੇਸ਼ ਜੀ ਮਹਾਰਾਜ ਹਮ ਸੱਤ ਨੰਬਰ ਵਾਲਾ ਫਿਰ ਗਣੇਸ਼ ਜੀ ਕੇਤੂ ਹਮ 8 ਨੰਬਰ ਵਾਲਾ ਸ਼ਨੀ ਮਹਾਰਾਜ 9 ਨੰਬਰ ਵਾਲਾ ਬਜਰੰਗਬਲੀ ਮਾਰਸ ਹਮ ਤਾਂ ਇਸ ਤਰੀਕੇ ਨਾਲ ਮਤਲਬ ਚੱਲਦਾ ਆ ਗਏ ਜੇ ਕਿਸੇ ਕੋ ਟਾਈਮ ਨਹੀਂ ਹੈਗਾ ਜਾਂ ਡੇਟ ਆਫ ਡੇਟ ਹੈਗੀ ਹੈ ਸੰਭ ਵੀ ਹੈਣੀ हां तो आजकल तो आजकल दी ਜਿਹੜੀ ਜਨਰੇਸ਼ਨ ਉਹਨਾਂ ਕੋ ਸਾਰਾ ਕੁਝ ਨੋਟ ਹੁੰਦਾ ਵੈਸੇ ਤਾਂ ਬਿਲਕੁਲ ਬਿਲਕੁਲ ਕੀ ਮੈਂ ਦੇਖੇ ਨੇ ਜਿਹੜੇ ਕਪਲ ਨੇ ਜਦੋਂ ਬੱਚਾ ਜਨਮ ਲੈਂਦਾ ਉਹ ਵੀ ਨਾ ਸਲਾਹ ਕਰਕੇ ਲੈਂਦੇ ਨੇ ਪੰਡਤ ਜੀ ਵੀ ਕਿਹੜੇ ਟਾਈਮ ਦੇ ਅਸੀਂ ਇਹਦਾ ਵਰਤ ਕਰਾਈਏ ਬੱਚੇ ਦਾ ਉਹ ਫਿਰ ਇਸੇ ਤਰੀਕੇ ਹੀ ਆ ਨਾ ਕਈ ਵਾਰੀ ਪੇਰੈਂਟਸ ਇਹ ਦੇਖਦੇ ਆ ਕਿ ਸਾਡੇ ਦੋਵਾਂ ਦੇ ਨੰਬਰ ਨਾਲ ਕੋਈ ਬੱਚਾ ਵੀ ਮੇਲ ਖਾਂਦਾ ਹੀ ਟਿਊਨਿੰਗ ਵਾਲਾ ਹੀ ਆਵੇ ਮੈਚਿੰਗ ਵਾਲਾ ਹੁਣ ਇੱਕ ਦੋ ਇੱਕ ਨੰਬਰ ਫਾਦਰ ਹੈ ਦੋ ਨੰਬਰ ਮਦਰ ਹੈ ਤੇ 8 9 8 ਵਾਲੇ ਦੇ ਨਾਲ ਥੋੜੀ ਕਲੀ ਵੀ ਕਰਾਏਗਾ ਉਹਨਾਂ ਦੇ ਆਂਟੀ ਹੋ ਗਿਆ ਨਾ ਖਰਾਬ ਹੋ ਜੂਗਾ ਖਰਾਬ ਟਿਊਨਿੰਗ ਦੀ ਪ੍ਰੋਬਲਮ ਰਹੇਗੀ ਤਾਂ ਉਹ ਇਸ ਤਰੀਕੇ ਨਾਲ ਕੈਲਕੂਲੇਸ਼ਨ ਕਰਕੇ ਚੱਲਦੇ ਆ ਫਿਰ ਕਈ ਇਹ 6 ਦੇ ਫਰੈਂਡਲੀ ਕਿਹੜੇ ਇਹ ਵੀ ਦੱਸ ਦਿਓ ਭਾਈ 693 ਇਹ ਫਰੈਂਡਲੀ ਆ 6 ਨੂੰ ਹਾਂ 8 ਵੀ ਫਰੈਂਡਲੀ ਆ 6 6 ਵਾਲੇ ਨੂੰ ਹਾਂ ਬਿਲਕੁਲ 693 ਫਰੈਂਡਲੀ ਹਾਂਜੀ ਹਾਂਜੀ ਅੱਛਾ ਤੇ 2 ਨੰਬਰ ਵਾਲੇ ਨੂੰ 2 ਨੰਬਰ ਵਾਲੇ ਨੂੰ ਉਹੀ 1 ਵਾਲੇ 1 2 7 9 ਇਹ ਫਰੈਂਡਲੀ ਹੈ 4 ਤੇ 8 ਉਹਨਾਂ तकरीबन ਸਾਰੇ ਨੰਬਰਾਂ ਦੇ 4 ਔਰ 8 ਟੈਂਟ ਹੀ ਹੈ ਐਂਡੀਆ ਕਿਉਂਕਿ ਰਾਹੁਲ ਔਰ ਸ਼ਨੀ ਆਂਦਾ ਹੈ 3 ਨੰਬਰ ਵਾਲੇ ਨੂੰ 3 ਨੰਬਰ ਵਾਲੇ ਨੂੰ 1 1 ਨੰਬਰ 9 ਨੰਬਰ ਇਹ ਫਰੈਂਡਲੀ ਹੈ ਇੱਕ ਤੇ ਨੋ ਫ੍ਰੈਂਡਲੀ ਕਿਉਂਕਿ ਇਹਨਾਂ ਦੇ ਤੁਸੀਂ ਜਦੋਂ ਜੋੜੋਗੇ ਜੋੜੇ ਬਣਾਓਗੇ ਮਲਟੀਪਲ ਤੋਂ ਬਹੁਤ ਸਾਰੇ ਦਿਨ ਨਿਕਲਿਆਂਗੇ ਓਕੇ ਮੰਥ ਮੰਥ ਦੇ ਇੱਕ ਔਰ ਨੋ ਦੇ ਹਿਸਾਬ ਨਾਲ ਹਾਂਜੀ ਹਾਂਜੀ ਓਕੇ ਕਿਉਂਕਿ 9 ਨੰਬਰ ਮਾਰਸ ਦਾ ਹੈ ਨਾ ਮੰਗਲ ਹੈ ਉਹ ਇੱਕ ਦੇ ਗਰੁੱਪ ਦਾ ਨੰਬਰ ਹੈ ਹੂੰ ਸੂਰੇ ਨਾਲ ਰਿਲੇਟ ਕਰਦਾ ਹੈ ਠੀਕ ਹੈ 2 ਨਾਲ ਵੀ ਰਿਲੇਟ ਕਰਦਾ ਹੈ ਚੰਦਰਮਾ ਨਾਲ 4 ਤੇ 8 ਨਾਲ ਰਿਲੇਟ ਨਹੀਂ ਕਰਦਾ ਨਹੀਂ ਕਰਦਾ ਤਾਂ 7 ਨੰਬਰ ਹੈ ਜਿਹੜਾ ਉਹਦੇ ਲਈ 8 ਨੰਬਰ ਲੱਕੀ ਹੈ ਓਕੇ ਕਿਉਂਕਿ ਰਾਹੁ ਸ਼ਨੀ ਕੋਈ ਤਿੰਨੋਂ ਫ੍ਰੈਂਡਲੀ ਹੈ ਹੂੰ ਠੀਕ ਹੈ ਨਾ ਤਾਂ 7 ਨੰਬਰ ਵਾਸਤੇ 8 ਨੰਬਰ ਫੇਵਰ ਕਰ ਜਾਂਦਾ 6 ਵੀ ਕਰ ਜਾਂਦਾ 5 ਨਹੀਂ ਕਰਦਾ ਇਹ ਜਿਹੜੇ ਅ ਅੱਜਕੱਲ ਮੈਂ ਦੇਖਦਾ ਇੰਸਟਾਗ੍ਰam ਤੇ ਬਹੁਤ ਸਾਰੇ ਜਿਹੜੇ ਹੈਗੇ ਆ ਨਮਰੋਲੋਜੀਸਟ ਜਿਹੜੇ ਹੈਗੇ ਆ ਉਹ ਕਹਿੰਦੇ ਜੀ ਹਰੇ ਪੈਨ ਇਤੇ ਆ ਬਣਾ ਲਓ ਆ ਅੰਕ ਲਿਖ ਲਓ ਉਸ ਨਾਲ ਪੈਸਾ ਬਹੁਤ ਆਊਗਾ ਇਹ ਕਿੰਨੀ ਸੱਚਾਈ ਹੈ ਇਹ ਦੇਖੋ ਸ਼ਰਨਜੀਤ ਜੀ ਗੱਲ ਇਸ ਤਰ੍ਹਾਂ ਹੈ ਜੇ ਤਾਂ ਤੁਸੀਂ ਕਹੋ ਨਾ ਪਿਓਰ ਨੋਲੇਜ ਜਿਹੜੀ ਸ਼ਾਸਤਰਾਵਾਂ ਚੋਂ ਨਿਕਲੀ ਹੈ ਇਨ 100 ਹਜ਼ਾਰ ਸਾਲ ਪੁਰਾਣੀ ਉਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਗ੍ਰੀਨ ਪੈਨ ਵਰਤੋ ਕਿ ਨੀਲਾ ਵਰਤੋ ਕਿ ਪੀਲਾ ਵਰਤੋ ਅੱਛਾ ਉਹ ਤਾਂ ਇਹ ਦੇਖੋ ਕੀ ਹੁੰਦਾ ਹਰ ਹਰ ਆਦਮੀ ਆਪਣੀ ਜਿਵੇਂ ਜਿਵੇਂ ਕਿਸੇ ਦਾ ਫੀਲਡ ਹੈ ਜਾਂ ਜਿਸ ਤਰ੍ਹਾਂ ਕਿਸੇ ਦੀ ਰਿਸਰਚ ਹੈ ਉਹ ਆਪਣੇ ਹਿਸਾਬ ਨਾਲ ਬਣਾ ਰਿਹਾ ਹ ਹਮ ਠੀਕ ਹੈ ਨਾ ਉਹ ਅਗਰ ਉਹ ਕਰ ਰਿਹਾ ਕਿਸੇ ਤਰੀਕੇ ਨਾਲ ਹੋ ਸਕਦਾ ਉਹਨਾਂ ਦੀ ਲਾਈਫ ਦੀ ਕੋਈ ਰਿਸਰਚ ਹੋਵੇ ਲੇਕਿਨ ਮੇਰੀ ਨੌਲੇਜ ਦੇ ਵਿੱਚ ਐਸਾ ਕੁਝ ਨਹੀਂ ਹੈ ਤੋ ਵੀ ਵੈਰੀਅਰ ਨਹੀਂ ਮੈਂ ਨਹੀਂ ਸਲਾਹ ਦੇਂਦਾ ਪਰ ਬਹੁਤ ਸਾਰੇ ਮੈਂ ਦੇਖਿਆ ਨਾ ਇੰਸਟਾਗ੍ਰਾਮ ਤੇ ਖੋਲੀ ਦੀ ਆ ਜਾਂ ਫੇਸਬੁੱਕ ਤੇ ਉਹ ਕਹਿੰਦੇ ਗ੍ਰੀਨ ਪੈਨ ਲੈਣਾ ਤੇ 857 ਲੈ ਕੇ ਗੋਲ ਧਰਾ ਮਾਰਨਾ ਉਹ ਜਿਹੜੇ ਮਿਟ ਜਾਵੇ ਫਿਰ ਦੁਬਾਰਾ ਲੈਣਾ ਚਲੋ ਠੀਕ ਹੈ ਉਹ ਦੱਸ ਰਹੇ ਆ ਅਗਰ ਤਾਂ ਕਿਸੇ ਨੂੰ ਫਾਇਦਾ ਹੁੰਦਾ ਤਾਂ ਕਰੇ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਬਟ ਜੇ ਤੁਸੀਂ ਬੇਸਿਕ ਇਸ ਚੀਜ਼ ਤੇ ਆਣੇ ਨਾਲ ਤੇ ਇਹਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਆ ਇਹ ਆਪਣੇ ਬਣਾਏ ਹੋਏ ਮੈਨਮੇਡ ਚੀਜ਼ਾਂ ਨੇ ਮੈਨਮੇਡ ਚੀਜ਼ਾਂ ਜਿਹੜੀ ਇਸ ਸਾਇੰਸ ਦੀ ਅੰਕ ਜੋਤਿਸ਼ ਦੀ ਜਿਹੜੇ ਬੇਸਿਕਸ ਨੇ ਉਹ ਮੈਂ ਤੁਹਾਨੂੰ ਕਲੀਅਰ ਕੀਤੇ ਆ ਵੀ ਉਹ ਇਸ ਤਰੀਕੇ ਨਾਲ ਚੱਲਦੇ ਆ ਉਹਦੇ ਵਿੱਚ ਕਿਤੇ ਨਹੀਂ ਹੈਗਾ ਕਿਉਂਕਿ ਇਹ ਜਿਹੜੀ ਨਿਮਰੋਲੋਜੀ ਹੈ ਨਾ ਇਹਦਾ ਜਨਮਦਾਤਾ ਕੀਰੋ ਸੀ ਕੀਰੋ ਕੀਰੋ ਜੀ ਕੀਰੋ ਤੋਂ ਉੱਪਰ ਨਿਮਰੋਲੋਜੀ ਨਹੀਂ ਹੈਗੀ ਆ ਤਾਂ ਕੀਰੋ ਨੇ ਆਪਣੀ ਨੋਰਮਰੋਲੋਜੀ ਦੇ ਵਿੱਚ ਤੁਸੀਂ ਸਾਰੀ ਪੜ੍ਹ ਸਕਦੇ ਹੋ ਉਹਨੇ ਕਿਤੇ ਨਹੀਂ ਰੈਫਰ ਕੀਤਾ ਹੋਇਆ ਵੀ ਗ੍ਰੀਨ ਪੈਨ ਵਰਤੋ ਜਾਂ ਬਲੂ ਵਰਤੋ ਉਹਨੇ ਸਿਰਫ ਨੰਬਰ ਦੇ ਉੱਪਰ ਐਮਫਸਿਸ ਕੀਤਾ ਕਿਸ ਨੰਬਰ ਦੀ ਕੀ ਕੁਆਲਿਟੀ ਹੈ ਉਹਦੇ ਉੱਪਰ ਉਹਨੇ ਜ਼ੋਰ ਦਿੱਤਾ ਉਹਦੇ ਅਕੋਰਡਿੰਗਲੀ ਯੂ ਕੈਨ ਚੇਂਜ ਯਰ ਲਾਈਫ ਉਦੇ ਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਹੈ ਤੁਸੀਂ ਸ਼ਾਇਦ ਮੇਰੇ ਕੋਲ ਕੁਐਸਚਨ ਪੁੱਛੇ ਨਹੀਂ ਅੱਜ ਕੱਲ کافی ਆਦਮੀ ਆਪਣੇ ਅਲਫਾਬੈਟਸ ਚੇਂਜ ਕਰਦੇ ਆ ਹਾਂ ਉਹ ਇਹ ਵੀ ਹੈ ਇਹ ਵੀ ਫੇਸਬੁੱਕ ਤੇ ਇਹ ਜਲਦੀ ਹੈ ਜੀ ਅਗੇ ਅਗੇ ਰਿਤਿਕ ਰੌਕਸ਼ਨ ਨੇ ਇੱਕ ਆਰ ਹੋਰ ਐਡ ਕਰ ਲਈ ਉਹਨੇ ਫਿਰ ਨੇ ਇੱਕ ਇਹ ਇਹਦੇ ਵਿੱਚ ਪ੍ਰੈਕਟੀਕਲਿਟੀ ਹੈਗੀ ਆ ਅੱਛਾ ਇਹ ਕਿੱਦਾਂ ਹੈਗੀ ਆ ਜਿਸ ਤਰੀਕੇ ਨਾਲ ਹਰ ਅੰਕ ਹੈ ਨਾ ਹਰ ਅਲਫਾਬੈਟ ਹੈ ਨਾ ਜਿਹੜਾ ਉਹਦੀ ਇੱਕ ਵੈਲਿਊ ਹੈ ਹੂੰ ਏ ਦੀ ਅਲੱਗ ਵੈਲਿਊ ਹੈ ਬੀ ਦੀ ਅਲੱਗ ਵੈਲਿਊ ਹੈ ਸੀ ਦੀ ਅਲੱਗ ਵੈਲਿਊ ਹੈ ਹੂੰ ਸਪੋਜ਼ ਜਿਹੜਾ ਤੁਹਾਡਾ ਨਾਮ ਤੁਸੀਂ ਬਚਪਨ ਤੋਂ ਲਿਖਦੇ ਆ ਰਹੇ ਹੋ ਸਪੋਜ਼ ਤੁਹਾਡਾ ਮੇਨ ਡਰਾਈਵਰ ਨੰਬਰ 1 ਹੈ ਸਪੋਜ਼ ਲੈ ਤੁਹਾਡਾ ਪੂਰਾ ਨਾਮ ਜੋ ਤੁਸੀਂ ਸਾਈਨ ਕਰਦੇ ਹੋ ਜਾਂ ਲਿਖਦੇ ਹੋ ਜਦੋਂ ਅਸੀਂ ਪੂਰੇ ਅਲਫਾਬੈਟਸ ਦੀ ਵੈਲਿਊ ਪਾਉਂਦੇ ਆ ਜੋ 8 ਤੇ ਜਾਂ 4 ਤੇ ਖਤਮ ਹੁੰਦਾ ਤਾਂ ਤੁਹਾਡੇ ਲਈ ਗੜਬੜ ਹੋ ਗਈ ਨਾ ਥੋੜੀ ਸਾਰੀ ਲਾਈਫ ਸਟਰਗਲ ਚ ਨਿਕਲ ਜਾਏਗੀ ਓਕੇ ਫਿਰ ਉਸ ਸੂਰਜ ਵਿੱਚ ਕੀ ਕੀਤਾ ਜਾਂਦਾ ਜੋੜ ਵਾਧਾ ਕਰਕੇ ਅਲਫਾਬੈਟ ਕੋਈ ਨਿਕਾਲ ਦਿੱਤਾ ਜਾਂਦਾ ਹੈ ਜਾਂ ਕੋਈ ਪਾ ਦਿੱਤਾ ਜਾਂਦਾ ਹੈ ਉਹ ਵੈਲਿਊ ਨੂੰ ਉਸ ਲੱਕੀ ਨੰਬਰ ਦੇ ਉੱਪਰ ਲੈ ਕੇ ਆਇਆ ਜਾਂਦਾ ਹੈ ਉਹ ਅੰਕ ਅੰਕ ਚੇਂਜ ਕਰਨ ਦਾ ਕੰਮ ਹੈ ਹਾਂ ਅੰਕ ਚੇਂਜ ਕੀਤਾ ਜਾਂਦਾ ਹੈ ਉਹ ਪੂਰੀ એનર્ਜੀ ਚੇਂਜ ਹੋ ਜਾਂਦੀ ਹੈ ਉਹਦੇ ਨਾਲ ਔਰ ਉਹਦੇ ਰਿਜ਼ਲਟ ਬਹੁਤ ਅੱਛੇ ਆ ਔਰ ਬਹੁਤ ਫਾਸਟ ਆ ਹੂੰ ਠੀਕ ਹੈ ਨਾ ਇਹ ਜ਼ਰੂਰ ਪ੍ਰੈਕਟੀਕਲਟੀ ਪੋਸੀਬਲ ਹੈ ਓਕੇ ਇਹ ਪੋਸੀਬਲ ਹੈ ਔਰ ਲੋਕੀਏ ਕਰਵਾ ਵੀ ਰਹੇ ਹਨ ਇਹਦੇ ਨਾਲ ਬਹੁਤ ਫਰਕ ਪੈਂਦਾ ਤੁਸੀਂ ਬਹੁਤ ਸਾਰੇ ਉਦਾਹਰਨ ਦੇਖੋਗੇ ਤੁਸੀਂ ਫਿਲਮ ਲਾਈਨ ਦੇ ਬਹੁਤ ਸਾਰੇ ਉਦਾਹਰਨ ਦੇਖ ਸਕਦੇ ਹੋ ਮੈਂ ਨਾਮ ਤਾਂ ਨਹੀਂ ਲਾਉਂਗਾ ਕਿਸੇ ਦਾ ਬਹੁਤ ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ ਆਪਣੇ ਕਰਵਾਏ ਹਨ ਤੁਸੀਂ ਉਸ ਤੋਂ ਬਾਅਦ ਉਹਨਾਂ ਦਾ ਕਰੀਅਰ ਇੱਕ ਬੱਚੇ ਨੇ ਵੀ ਸ਼ਾਇਦ ਕਰਵਾਇਆ ਪੰਚਵਨ ਕਰਵਾਣਾ ਕਰਾਣਾ ਨੇ ਵੀ ਕਰਾਇਆ ਅਜੇ ਦੇਵਗੰਦ ਨੇ ਕਰਵਾਇਆ ਹੈ ਅੱਛਾ ਜੀ ਤੁਸੀਂ ਦੇਖੋ ਅਜੇ ਦੇਵਗੰਦ ਦੇ ਪਹਿਲੇ ਕੀ ਸਪੈਲਿੰਗ ਸੀ ਹੁਣ ਕੀ ਹੈ ਸੁਨੀਲ ਸ਼ੈਟੀ ਅੱਛਾ ਤੁਸੀਂ ਚੈੱਕ ਕਰ ਸਕਦੇ ਹੋ ਅੱਜਕਲ ਕੀ ਸਕਰੀਨ ਨੇਮ ਚੱਲਦਾ ਹੈ ਅਜੇ ਦੇਵਗੰਦ ਹਾਂਜੀ ਹਾਂਜੀ ਬਿਲਕੁਲ ਚੇਂਜ ਹੈ ਆਈ ਥਿੰਕ ਸੋ ਕਿ ਅੱਛਾ ਦੀ ਇਹ ਕੁਝ ਹੈ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਤੁਸੀਂ ਉਸ ਤੋਂ ਬਾਅਦ ਦਾ ਗ੍ਰਾਫ ਤੇ ਪਹਿਲੇ ਦਾ ਗ੍ਰਾਫ ਤੁਸੀਂ ਚੈੱਕ ਕਰ ਲਓ ਹੂੰ ਕਿੰਨਾ ਫਰਕ ਹੈ ਹੂੰ ਤਾਂ ਇਹ ਚੀਜ਼ ਜ਼ਰੂਰ ਰਿਜ਼ਲਟ ਦਿੰਦੀ ਹੈ ਇਹ ਰਿਜ਼ਲਟ ਦਿੰਦੀ ਹੈ ਹਾਂ ਇਹ ਤਾਂ ਅਸੀਂ ਕਰਕੇ ਵੀ ਦੇਈਦਾ ਕਈ ਕਲਾਇੰਟਸ ਨੂੰ ਕੋਈ ਕਹਿੰਦਾ ਵੀ ਨਹੀਂ ਕਿ ਜਿਸ ਨੂੰ ਹੋਵੇ ਕਿ ਸਾਡਾ ਪਰ ਉਹ ਕਰਕੇ ਦੇਈਦੇ ਹੂੰ ਉਹ ਕੰਸਲਟੇਸ਼ਨ ਦੇ ਹਿਸਾਬ ਨਾਲ ਤੇ ਇਹਦਾ ਰਿਜ਼ਲਟ ਹੈ ਬਾਕੀ ਹਰੇ ਨੀਲੇ ਪੈਨ ਦਾ ਕੋਈ ਮੈਂ ਉਸ ਚੀਜ਼ ਨੂੰ ਨਹੀਂ ਪ੍ਰਮੋਟ ਕਰਾਂਗਾ ਓਕੇ ਨਾ ਤੁਸੀਂ ਕਦੇ ਦੇਖਿਆ ਵੀ ਹੈ ਨਹੀਂ ਨਾ ਕਿਉਂਕਿ ਦੇਖੋ ਇਦਾਂ ਹੈ ਮੈਂ ਤਾਂ ਜੋ ਚੀਜ਼ অথেন্টিਕੇਟ ਤੇ ਵਿਸ਼ਵਾਸ ਕਰਦਾ ਜੋ ਪੁਰਾਣੀ ਜਾਂ ਕਿਸੇ ਮਹਾਪੁਰਸ਼ ਨੇ ਜੋ ਵਿਦਿਆ ਬਣਾਈ ਹੈ ਜਿਹਦਾ অথেন্টিਕੇਟ ਪ੍ਰੂਫ ਹੈ ਮੈਂ ਤਾਂ ਉਹ ਦੇ ਅਕੋਰਡਿੰਗਲੀ ਚੱਲਣਾ ਆਪਣਾ ਨਹੀਂ ਕੁਝ ਜੋੜ ਰਿਆ ਹੁਣ ਅਸੀਂ ਆਪਣਾ ਐਵੇਂ ਜੋੜੀ ਜਾਈਏ ਇਹਨੂੰ ਐ ਕਰ ਲੋ ਐ ਕਰ ਲੋ ਆਪਾਂ ਇਹ ਤਾਂ ਨਹੀਂ ਨਾ ਮੈਂ ਆਪਣਾ ਬਣਾਦਾ ਜੀ ਗੱਡੀ ਜਾਣਾ ਅੱਗੇ ਨੂੰ ਐ ਤੇ ਬੈਕ ਗੇਅਰ ਲਾ ਲਓ ਤਾਂ ਵੀ ਪਹੁੰਚ ਜਾਾਂਗੇ ਗੱਡੀ ਪੁੱਠੀ ਕਰ ਲੋ ਉਹ ਕੰਮ ਨਹੀਂ ਆ ਠੀਕ ਹੈ ਨਾ ਇਹ ਤੁਸੀਂ ਨਾਂ ਲਿਆ ਕੀਰੋ ਦਾ ਕੀਰੋ ਇਹ ਕਿੱਥੋਂ ਦੇ ਬਸਨੀਕ ਸੀਗੇ ਜੀ ਇਹ ਕੀਰੋ ਫੋਰਨ ਦਾ ਹੀ ਬਸਨੀਕ ਸੀ ਓਕੇ ਜਿਪਟ ਤੋਂ ਆਏ ਸੀਗੇ ਇਹਨਾਂ ਨੇ ਐਕਚੁਅਲੀ ਕੀ ਕੀਤਾ ਬਹੁਤ ਸਾਰੇ ਰਾਜੇ ਮਹਾਰਾਜੇ ਸਾਰਿਆਂ ਦੀਆਂ ਕੁੰਡਲੀਆਂ ਤੇ ਉਹਨਾਂ ਦੀ ਲਾਈਫ ਸ਼ੈਲੀ ਤੇ ਉਹਨਾਂ ਦੇ ਨੰਬਰ ਕੱਢ ਕੇ ਰਿਸਰਚ ਕੀਤੀ ਓਕੇ ਕਿ ਇਹ ਬੰਦਾ ਕਿਉਂ ਕਾਮਯਾਬ ਹੈ ਰੀਜ਼ਨ ਕੀ ਹੈ ਫਿਰ ਉਹਨੇ ਕਾਫੀ ਸਾਲ ਇਹ ਸਭ ਕੁਝ ਕੀਤਾ ਉਸ ਤੋਂ ਬਾਅਦ ਫਿਰ ਉਹ ਅੰਕ ਵਿੱਦਿਆ ਦੀ ਥਿਉਰੀ ਤੇ ਆਏ ਇਹਨਾਂ ਨੇ ਸ਼ੁਰੂ ਕੀਤੀ ਕੀਰੋ ਨੇ ਹਾਂਜੀ ਤਾਂ ਕੀਰੋ ਤੋਂ ਕੀਰੋ ਨੂੰ ਅੰਕ ਵਿੱਦਿਆ ਦਾ ਜਨਮਦਾਤਾ ਕਿਹਾ ਜਾਂਦਾ ਇਹ ਕਦੋਂ ਦੀ ਗੱਲ ਹੈ ਜੀ ਬਹੁਤ ਸਾਲ 4-500 ਸਾਲ ਪੁਰਾਣੀ ਗੱਲ ਹੈ 500 ਸਾਲ ਪੁਰਾਣੀ ਗੱਲ ਹੈ ਹਾਂ ਜਦੋਂ ਕੀਰੋ ਮਤਲਬ ਉਹਦੇ ਮੇਨ ਜੋ ਕਲਾਇੰਟ ਸੀ ਨਾ ਉਹ ਕਿੰਗਸ ਸੀਗੇ ਹਾਂ ਆਮ ਬੰਦਾ ਨਹੀਂ ਹੁੰਦਾ ਸੀ ਉਹਨਾਂ ਨੇ ਅਧਿਐਨ ਕੀਤਾ ਉਹਨਾਂ ਨੇ ਹਾਂ ਰਿਸਰਚ ਉਹਨਾਂ ਨੇ ਕੀਤੀ ਉਹਨਾਂ ਨੇ ਕੀਤੀ ਰਿਸਰਚ ਕੀਤੀ ਔਰ ਉਹਨੂੰ ਕੰਸਲਟ ਵੀ ਕਿੰਗਜ਼ ਹੀ ਕਰਦੇ ਸੀ ਹੂੰ ਕੀ ਰੋ ਨੂੰ ਇੰਨਾ ਮਤਲਬ ਉਹਦਾ ਦਬਦਬਾ ਸੀ ਕੀ ਰੋ ਪ੍ਰਸ਼ਾਂਤ ਕਸ਼ੋਰ ਹੋ ਗਿਆ ਜੋ ਮੈਂ ਅੱਜ ਕਹਿ ਸਕਦੇ ਤੁਸੀਂ ਜੋ ਮੈਂ ਅੱਜ ਕਹਿ ਸਕਦੇ ਹਾਂ ਲਾਸਟ ਤੁਸੀਂ ਉਹਨਾਂ ਦੀ ਪੜੋਂਗੇ ਬਾਅਦ ਲਾਸਟ ਲਾਈਵ ਦੇ ਲਾਸਟ ਸਟੇजेस ਵਿੱਚ ਤਾਂ ਉਹ ਮਿਲਣਾ ਹੀ ਬੰਦ ਕਰ ਗਏ ਸੀ ਅੱਛਾ ਉਹਨਾਂ ਦੀ ਵਾਈਫ ਹੀ ਪ੍ਰਡਿਕਟ ਕਰਕੇ ਦੱਸ ਦਿੰਦੀ ਸੀਗੀ ਵੀ ਉਹ ਨਹੀਂ ਮਿਲਣਗੇ ਤੇ ਆਹ ਕਰ ਲੋ ਬਸ ਉਹ ਉਹਨੇ ਮਿਲਣਾ ਹੀ ਬੰਦ ਕਰਤਾ ਸੀ ਸਪੋਜ਼ ਕਰ ਲਓ ਜੇ ਤੁਸੀਂ ਕਿਹਾ ਵੀ 9 ਅੰਕ ਕਿਹੜਾ ਹੈਗਾ ਤੇ ਉਹ ਕਾਫੀ ਅਗਰੈਸਿਵ ਹੈ ਹੈਨਾ ਮਿਹਨਤ ਵਾਲਾ ਅੰਕ ਹੈ ਹੈਨਾ ਤੇ ਇਹਨੂੰ ਠੀਕ ਕਰਨ ਵਾਸਤੇ ਆਪਾਂ ਵੀ ਤੁਸੀਂ ਦੱਸ ਦਿਓ ਬਿਲਕੁਲ ਦੱਸਿ ਦਿਓ એનર્ਜੀ ਨਿਊਟਰਲ ਨਿਊਟਰਲਾਈਜ਼ ਕਰਨੀ ਹੁੰਦੀ ਹੈ ਬੇਸਿਕਲੀ ਜਿੱਦਾਂ ਮੈਂ ਦੱਸਿਆ ਨਾ 9 ਨੰਬਰ ਵਾਲਾ ਬੰਦਾ ਅਗਰ ਜਿਮ ਚ ਜਾ ਕੇ એનર્ਜੀ ਨਹੀਂ ਕੱਢੇਗਾ ਐਕਸਰਸਾਈਜ਼ ਨਹੀਂ ਕਰੇਗਾ ਤਾਂ ਘਰੇ ਕੱਢੇਗਾ ਕਿਸੇ ਦੇ ਲੜਾਈ ਲੜਾਈ ਮਾਰ ਕਟਾਈ ਇਹ ਸਭ 9 ਨੰਬਰ ਹੈ ਵਾਇਲੈਂਸ ਜਿੰਨੀ ਵੀ ਹੈ ਤੁਸੀਂ ਦੇਖ ਲਓ ਵੀ ਇੱਕ ਬੰਦਾ ਆਰਮੀ ਵਿੱਚ ਭਰਤੀ ਹੋ ਗਿਆ ਜਾਂ ਸਪੋਰਟਸ ਕਰ ਰਿਹਾ ਹੈ ਜਾਂ ਪੁਲਿਸ ਵਿੱਚ ਭਰਤੀ ਹੋ ਗਿਆ ਉੱਥੇ એનર્ਜੀ ਗੱਡ ਰਿਹਾ ਹੈ ਇੱਕ ਗਲੀ ਦੇ ਨੁੱਕਰ ਤੇ ਲੜਾਈ ਝਗੜੇ ਕਲੇਸ਼ ਕਰ ਰਿਹਾ ਹੈ ਹੈਗਾ 9 ਨੰਬਰ ਹੀ ਹੈ ਇਹ ਉਸੇ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਹੈ ਬਿਲਕੁਲ ਇਹ ਵੀ ਤੁਸੀਂ ਪਾ ਦੱਸ ਦਿਓ ਫਿਰ ਰੰਗ ਵਗੈਰਾ ਵੀ ਤੁਸੀਂ ਦੱਸ ਬਿਲਕੁਲ ਦੱਸਿਆ ਜਾਂਦਾ ਜਿਵੇਂ 9 ਨੰਬਰ ਦਾ ਰੈੱਡ ਕਲਰ ਲੱਕੀ ਹੁੰਦਾ ਹੈ ਉਹਨੂੰ ਰੈੱਡ ਜ਼ਿਆਦਾ ਯੂਜ਼ ਕਰਨਾ ਚਾਹੀਦਾ ਇੱਕ ਨੰਬਰ ਵਾਲੇ ਦਾ ਪਿੰਕ ਲੱਕੀ ਹੁੰਦਾ ਹੈ 2 ਨੰਬਰ ਵਾਲੇ ਦਾ ਵਾਈਟ ਹੁੰਦਾ ਲੱਕੀ ਹਾਂ ਮੂਨ ਦਾ ਕਲਰ ਹੁੰਦਾ ਨਾ ਵਾਈਟ 3 ਨੰਬਰ ਵਾਲੇ ਦਾ yellow ਕਲਰ ਹੁੰਦਾ 4 ਨੰਬਰ ਦਾ grey ਹੁੰਦਾ grey ਕਲਰ 4 ਨੰਬਰ ਵਾਲੇ ਇਨਸਾਨ ਨੂੰ ਆਪਣੇ ਪੇਟ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਉਹਨਾਂ ਦੇ ਪੇਟ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤੀ ਪੇਨ ਕੁਝ ਨਾ ਕੁਝ ਟ੍ਰਬਲ ਚੱਲਦੀ ਰਹੇਗੀ 5 ਨੰਬਰ ਦਾ green ਹੁੰਦਾ 5 ਨੰਬਰ ਵਾਲੇ ਨੂੰ ਹਮੇਸ਼ਾ ਦਿਮਾਗੀ ਬਿਮਾਰੀਆਂ ਪ੍ਰੋਬਲਮਸ ਹੀ ਆਣਗੀਆਂ ਡਿਪਰੈਸ਼ਨ ਹੋ ਗਿਆ ਸਾਈਕਲੋਜੀਕਲ ਪ੍ਰੋਬਲਮਸ ਹੋਗੀ 6 ਨੰਬਰ ਵਾਲਾ white ਲਾਈਕ ਵੀਨਸ ਦਾ ਕਲਰ ਵਾਈਟ ਹੁੰਦਾ ਹੈ। ਹੂੰ। ਤਾਂ 6 ਨੰਬਰ ਵਾਲੇ ਨੂੰ ਵਾਈਟ ਪ੍ਰੇਫਰ ਕੀਤਾ ਜਾਂਦਾ ਵੀ ਵਾਈਟ ਯੂਜ਼ ਕਰੋ। ਪਰਫਿਊਮਸ ਜ਼ਿਆਦਾ ਲਗਾਓ। ਹੂੰ। ਕੱਪੜੇ ਅੱਛੇ ਸਲੀਕੇ ਦੇ ਪਾ ਕੇ ਰੱਖੋ। ਹੂੰ। ਵੱਟ ਪਾਇਆ ਕੱਪੜਾ ਨਹੀਂ ਪਾਣਾ। ਮੈਲੇ ਕੁਚਾਲਾ ਬਣ ਕੇ ਨਹੀਂ ਰਹਿਣਾ। ਕਿਉਂਕਿ ਵੀਨਸ ਹੈ ਹੀ ਇਹ। ਹੂੰ। ਠੀਕ ਹੈ। ਲਗਜ਼ਰੀ ਲਾਈਫ। ਮੰਨ ਲਓ ਕੋਈ 6 ਨੰਬਰ ਵਾਲਾ ਬੰਦਾ ਆ ਰਿਹਾ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਹੈ। ਹੂੰ। ਤੁਸੀਂ ਕਦੇ ਵੀ ਉਹਨੂੰ ਪਹਿਲਾਂ ਤਾਂ ਇਹ ਪੁੱਛਿਆ ਜਾਂਦਾ ਕਿ ਸਵੇਰੇ ਉੱਠ ਕੇ ਨਹਾਣੇ ਹੋ ਜਾਂ ਕੱਪੜੇ ਵਗੈਰਾ ਚੇਂਜ ਕਰਦੇ ਹੋ? ਨਹੀਂ ਜੀ। ਮੈਂ ਤਾਂ ਉਹੀ ਰਾਤ ਵਾਲਾ ਟਰੈਕਸੂਟ ਰੋਟੀਨਿਕ ਰਹਿਣਾ ਵੀ ਰੈਡੀ ਹੋ ਕੇ ਰਹਿਣਾ ਹੈ ਹੂੰ ਸਾਫ ਸੁਥਰਾ ਹੋ ਕੇ ਰਹਿਣਾ ਹੈ ਹੂੰ ਉਹ ਪਲੈਨਟ ਦੀ એનર્ਜੀ ਮਿਲਣੀ ਸ਼ੁਰੂ ਹੋ ਜਾਏਗੀ ਉਹਨੂੰ ਓਕੇ ਤੋਂ ਇਸ ਤਰੀਕੇ ਨਾਲ ਚਾਹੁੰਦਾ ਸੈਵਨ ਵਾਲਾ ਬੰਦਾ ਤੁਸੀਂ ਦੇਖੋਗੇ ਨੀਵਲ ਤੋਂ ਥੱਲੇ ਨਾਭੀ ਤੋਂ ਥੱਲੇ ਹੀ ਹਮੇਸ਼ਾ ਹੈਲਥ ਦੇ ਇਸ਼ੂਜ਼ ਹੋਣਗੇ ਓਕੇ ਸੱਤ ਨੰਬਰ ਨੂੰ ਸਪੈਸੀਫਿਕਲੀ ਯੂਰਨ ਟ੍ਰਬਲਸ ਹੂੰ ਤੇ ਪੈਰ ਦੀ ਪੇਨਸ ਇਹ ਸੱਤ ਨੰਬਰ 'ਚ ਹੋਣਗੀਆਂ 8 ਨੰਬਰ ਵਾਲੇ ਨੂੰ ਆਰਥਰਾਇਟਿਸ ਹੋਏਗੀ ਜ਼ਿਆਦਾ ਓਕੇ 올ਡ ਏਜ ਦੇ ਵੇ ਆਰਥਰਾਇਟਿਸ ਹੋਏਗੀ ਕਿਡਨੀ ਦਾ ਸਟੋਨ ਹੋਏਗਾ ਹੂੰ ਸ਼ਨੀ ਦਾ ਨੰਬਰ ਹੈ ਨਾ ਕਿੰਨੀ ਦੇ ਸਟੋਨਸ ਜੋੜਾਂ ਦੇ ਦਰਦ ਪੇਨਸ ਜਿੰਨੀ ਵੀ ਆ ਬਾਡੀ ਦੀ 8 ਨੰਬਰ ਤੋਂ ਆ 9 ਨੰਬਰ ਇੰਜਰੀਜ਼ ਕਰਵਾਏਗਾ ਜੇ 9 ਨੰਬਰ 네ਗੇਟਿਵ ਹੈ ਬਲੱਡ ਨਿਕਲਵਾਏਗਾ ਔਰ ਇੰਜਰੀਜ਼ ਕਿਦਾਂ ਆਪਰੇਸ਼ਨ ਕਰਵਾ ਦਿੰਦਾ ਕੱਟ ਬਹੁਤ ਲੱਗਦੇ ਹੋਣਗੇ ਬੰਦੇ ਦੀ ਬਾਡੀ ਤੇ ਕਿਤੇ ਨਾ ਕਿਤੇ ਸਟਿਚ ਜ਼ਰੂਰ ਲੱਗਿਆ ਹੋਏਗਾ ਕਿਉਂਕਿ ਬੰਦਾ ਗ੍ਰੈਸ ਇੱਕ ਤਾਂ ਪਲੈਨਟ ਦੀ એનર્ਜੀ ਇਸ ਤਰੀਕੇ ਦੀ ਹੈ 9 ਨੰਬਰ ਪੀਪਲ ਕਿਤੇ ਨਾ ਕਿਤੇ ਐਕਸੀਡੈਂਟ ਜ਼ਰੂਰ ਹੋਇਆ ਹੁੰਦਾ ਲਾਈਫ ਚ ਸਟਿਚ ਝੋਟ ਹੁਣ ਤੁਸੀਂ ਕਹੋਗੇ ਕਿ ਛੋਟਾ ਬੱਚਾ 1500 ਸਾਲ ਦਾ ਚਲੋ ਐਕਸੀਡੈਂਟ ਗੱਡੀ ਚਲਾਉਂਦੇ ਨਹੀਂ ਹੈਗਾ ਘਰੇ ਜ਼ਰੂਰ ਕਿਤੇ ਨਾ ਕਿਤੇ 60 ਮਿਟ ਲਵਾਂਦਾ ਹੋ 9 ਨੰਬਰ ਦਾ ਮੋਸਟਲੀ ਹੁੰਦਾ ਹੀ ਹੁੰਦਾ ਹੈ ਤੇ ਜੋ ਤੁਸੀਂ ਕੁੰਡਲੀ ਦੇਖੋਗੇ ਹਾਰੋਸਕੋਪ ਉਹਦੇ ਵਿੱਚ ਤੁਹਾਨੂੰ ਮੰਗਲ ਹੀ ਡਿਸਟਰਬ ਦਿਖੇਗਾ ਇਹਨਾਂ ਕਨੈਕਸ਼ਨ ਹੈ ਕਿਤੇ ਨਾ ਕਿਤੇ ਹੂੰ ਦੇਖਣਾ ਤਾਂ ਇਸ ਤਰੀਕੇ ਨਾਲ ਹਰੇਕ ਨੰਬਰ ਦਾ ਅਲੱਗ-ਅਲੱਗ ਹੋਇਆ ਦੋ ਨੰਬਰ ਵਾਈਟ ਕਲਰ ਹੋ ਗਿਆ ਹੈਨਾ ਤਿੰਨ ਨੰਬਰ ਯੈਲੋ ਯੈਲੋ ਹੋ ਗਿਆ ਇਹ ਜੋ ਦਿੱਲੀ ਦਾ ਕੋਈ ਯੈਲੋ ਪਾ ਵੀ ਨਹੀਂ ਸਕਦਾ ਹੈ ਨਾ ਜਾਂ ਦਿੱਲੀ ਵਾਈਟ ਨਹੀਂ ਨਹੀਂ ਪਾਣ ਦਾ ਨਹੀਂ ਪਾ ਹੁੰਦਾ ਮਤਲਬ ਜਿੰਨਾ ਥੋੜਾ ਕੋਈ ਯੈਲੋ ਰਮਾਲ ਰੱਖ ਲਵੇ ਆਪਣੇ ਕੋਲ ਹਮ ਕਰਟਨਸ ਲਗਵਾਉਣੇ ਆ ਘਰ ਦੇ ਵਿੱਚ ਥੋੜੀ ਯੈਲੋ ਸ਼ੇਡ ਹੋਵੇ ਵਿੱਚ ਪਿੱਲੋਸ ਦੇ ਵਿੱਚ ਯੈਲੋ ਸ਼ੇਡ ਹੋਵੇ ਹੈਨਾ ਇਸ ਰਮਾਲ ਜੇਬ ਚ ਰੱਖ ਲਏ ਰਮਾਲ ਜੇਬ ਚ ਰੱਖ ਸਕਦਾ ਫਿਰ ਉਹਦਾ ਸਟੋਨ ਹੁੰਦਾ ਯੈਲੋ ਸਫਾਇਰ ओके गोल्ड ਜਿਆਦਾ ਪਾਵੇ येलो ਹੋ ਗਿਆ ਨਾ ਹੂੰ ਇਹ ਤਾਂ ਨਹੀਂ ਹੈ ਵੀ 24 ਘੰਟੇ ਪੀਲੀ ਸ਼ੈਲਟ ਬਾਕੇ ਘੁੰਮੇ ਉਹ ਪੋਸੀਬਲ ਨਹੀਂ ਹੈਗਾ ਤਾਂ ਕੰਸਲਟੇਸ਼ਨ ਦੇ ਵਿੱਚ ਇਹੀ ਚੀਜ਼ਾਂ ਦੱਸੀਆਂ ਜਾਂਦੀਆਂ ਤੇ ਮਤਲਬ ਤੁਸੀਂ ਉਸ ਪਲੈਨਟ ਦੀ ਐਨਰਜੀ ਨੂੰ ਬੂਸਟ ਕਰਨਾ ਹੁੰਦਾ ਥੋੜਾ ਜਿਹਾ ਓਕੇ ਇਸ ਤਰੀਕੇ ਨਾਲ ਹੁੰਦੀ ਹੈ ਮੋਸਟ ਨਹੀਂ ਇਹ ਹੁਣ ਦੋ ਤਰ੍ਹਾਂ ਦੀ ਸਾਇੰਸ ਹੋ ਗਈ ਤੁਸੀਂ ਆਪਾਂ ਪਿਛਲੇ ਐਪੀਸੋਡ ਵਿੱਚ ਆਪਾਂ ਇਹ ਡਿਸਕਸ ਕੀਤਾ ਸੀ ਵਾਸਤੂ ਵਾਲਾ ਉਸ ਤੋਂ ਪਹਿਲਾਂ ਆਪਾਂ ਸ਼ਨੀ ਦੀ ਕੁੰਡਲੀ ਵਗੈਰਾ ਬਾਰੇ ਡਿਸਕਸ ਕੀਤੀ ਸੀ ਨਾ ਇਹ ਜਦੋਂ ਅੰਕ ਵਿੱਦਿਆ ਆਉਂਦੀ ਹੈ ਜਾਂ ਕੁੰਡਲੀ ਦੇ ਹਿਸਾਬ ਨਾਲ ਤੁਸੀਂ ਦੇਖਦੇ ਹੋ ਤਾਂ ਜਿਆਦਾ ਪ੍ਰੇਫਰ ਕਿਹਨੂੰ ਕਰਦੇ ਦੇਖੋ ਮੇਰਾ ਜੋ ਸਿਸਟਮ ਹੈ ਮੈਂ ਦੋ ਚੀਜ਼ਾਂ ਕੁੰਡਲੀ ਔਰ ਨੰਬਰ ਨੂੰ ਮੈਂ ਕੰਬਾਈਨ ਕਰਕੇ ਚੱਲਦਾ ਓਕੇ ਤੇ ਮੇਰਾ ਜੋ ਐਕਸਪੀਰੀਅੰਸ ਹੈ ਜੋ ਨੰਬਰ ਦੇ ਵਿੱਚ ਡੇਟ ਆਫ ਬਰਥ ਬੋਲੇਗੀ ਨਾ ਕੁੰਡਲੀ ਖੋਲਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਜੋ ਤੁਸੀਂ ਕੁੰਡਲੀ ਖੋਲੋਗੇ ਉਹੀ ਵਾਲਾ ਪਲੈਨੇਟ ਮੇਨ ਪਲੈਨੇਟ ਹੋਏਗਾ ਮੇਨ ਪਾਰਟ ਪਲੇ ਕਰਨ ਵਾਲਾ ਹਾਰੋਸਕੋਪ ਚ ਓਕੇ ਕੁੰਡਲੀ ਚ ਜਿੱਦਾਂ ਮੈਂ ਤੁਹਾਨੂੰ ਹੁਣ ਦੱਸਿਆ ਨਾ ਕਿ ਅਗਰ 9 ਨੰਬਰ ਵਾਲਾ ਬੰਦਾ ਹੋਏਗਾ ਨਾ ਸਪੋਜ਼ ਕਰੋ ਮੈਂ ਉਹਦੀ ਹਾਲੇ ਕੁੰਡਲੀ ਨਹੀਂ ਖੋਲੀ ਲੇਕਿਨ ਮੈਂ ਜਦੋਂ ਹਾਰੋਸਕੋਪ ਖੋਲਾਂਗਾ ਉਹਦੇ ਚ ਟ੍ਰਬਲ ਡਿਸਟਰਬਿੰਗ ਪਲੈਨਟ ਮਾਰਸ ਹੀ ਨਿਕਲੇਗਾ ਮੰਗਲ ਹੋਊਗਾ ਹਾਂ ਇਹ ਮੇਰਾ ਐਕਸਪੀਰੀਅੰਸ ਹੈ ਓਕੇ 100% ਹੂੰ ਠੀਕ ਹੈ ਨਾ ਭਾਵੇਂ ਕੁੰਡਲੀ ਨਾ ਵੀ ਹੋਵੇ ਫਿਰ ਆਪਾਂ ਅੰਕ ਤੋਂ ਕੱਢ ਲਿਆ ਹੂੰ ਤੇ ਜੇ ਕੁੰਡਲੀ ਹੈਗੀ ਆ ਫਿਰ ਤਾਂ ਪਲੱਸ ਪੁਆਇੰਟ ਹੀ ਹੈ ਨਾ ਹੂੰ ਤੋਂ ਇਹ ਇੱਕ ਦੂਜੇ ਨਾਲ ਇੱਕ ਰਿਲੇਟਡ ਹੈ ਹੂੰ ਇਹਨੂੰ ਇਸ ਤਰੀਕੇ ਨਾਲ ਡੀਪ ਤਰੀਕੇ ਨਾਲ ਸਮਝੋਗੇ ਤਾਂ ਰਿਲੇਟ ਹੀ ਹੈ ਹੂੰ ਬਾਹਰ ਨਹੀਂ ਹੈ ਕੁਝ ਓਕੇ ਹਾਂ 7 ਨੰਬਰ ਦਾ ਬੰਦਾ ਹੋਏਗਾ ਉਹਦੀ ਉਹਦੀ ਲਾਈਫ ਦੇ ਵਿੱਚ ਹਾਰੋਸਕੋਪ ਦੇ ਵਿੱਚ ਕੇਤੂ ਪਲੈਨਟ ਦਾ ਮੇਜਰ ਪਾਰਟ ਹੋਏਗਾ ਹੂੰ ਕੇਤੂ ਦਾ 메જર 파ਟ ਹੋਏਗਾ 7 ਨੰਬਰ ਵਾਲੀ ਹਾਂ ਸਪੋਜ਼ ਕਰੋ ਉਹਦੇ ਕੋ ਡੇਟ ਆਫ ਬਰਥ ਨਹੀਂ ਹੈ ਹੂੰ ਆ ਟਾਈਮ ਨਹੀਂ ਹੈ ਜਿੱਦ ਤੋਂ ਅਸੀਂ ਹੋਰਸਕੋ ਬਣਾ ਸਕੀਏ ਮੇਰੇ ਕੋ ਕੱਲੀ ਡੇਟ ਹੈ ਉਹਦੀ 7 ਨੰਬਰ ਆਉਂਦਾ ਤਾਂ ਬਿਨਾ ਸੋਚੇ ਸਮਝੇ ਮੈਂ ਉਹਨੂੰ ਕੇਤੂ ਦੀ ਰੈਮਡੀਜ਼ ਕਰਵਾਉਂਗਾ ਉਹ ਕੇਤੂ ਦੇ ਪਾਕਰੇ ਹਾਂ ਕੇਤੂ ਦੇ ਪਾਕੜੇ ਹੁੰਦੇ ਜੀ ਕੇਤੂ ਦੇ ਕਾਫੀ ਸਾਰੇ ਜੋਤਿਸ਼ਚ ਕਰਵਾਉਂਦੇ ਕੈਟਸ ਆਈ ਸਟੋਨ ਪਾਇਆ ਜਾਂਦਾ ਹੂੰ ਕੇਤੂ ਦਾ ਗਣੇਸ਼ ਦੀ ਆਰਾਧਨਾ ਬੋਲੀ ਜਾਂਦੀ ਹੈ ਹੂੰ ਗਣਪਤੀ ਦੀ ਆਰਾਧਨਾ ਕਰਾਓ ਹੂੰ ਮੈਂ ਤਾਂ ਗਣਪਤੀ ਦੀ ਆराधना ਜਾਂਦੀ ਹੈ ਹੋਰ ਛੋਟੇ ਛੋਟੇ ਕਾਫੀ ਉਪਾਏ ਹੁੰਦੇ ਆ ਕਰੀਮ ਕਲਰ ਇਹਦਾ ਕਲਰ ਹੁੰਦਾ ਓਕੇ ਆਫ ਵਾਈਟ ਜਾਂ ਕਲਰ ਯੂਜ਼ ਕਰਵਾਇਆ ਜਾਂਦਾ ਹੈ ਜਿਆਦਾ ਇਹ ਯੂਜ਼ ਕਰਨਾ ਸ਼ੁਰੂ ਕਰੋ ਹਮ ਇਹ ਕਿ ਤੂੰ ਜਿਸ ਸੁਪੋਜ਼ ਕਰੋ ਹੁਣ ਕੋਈ 7 ਨੰਬਰ ਆਈ ਹੈ ਡੇਟ ਆਫ ਬਰਥ ਉਹਦੇ ਕੋ ਹਾਰੋਸਕੋਪ ਨਹੀਂ ਹੈ ਅਸੀਂ ਮੈਂ ਪਹਿਲਾਂ ਹੀ ਪੁੱਛਣਾ ਹੈ ਕਿ ਯੂਰਿਨਰ ਰਿਲੇਟਡ ਟਰਬਲ ਹੈਗੀ ਆ ਮੇਬਲ ਤੋਂ نیچے ਪ੍ਰੋਬਲਮਸ ਹੈਗੀਆਂ ਹਾਂ ਹਾਂ 100% ਸ਼ੋਰ ਹੋ ਗਏਗਾ ਕਿ ਕੁੰਡਲੀ ਚ ਕੇਤੂ ਡਿਸਟਰਬ ਹੈ ਕੇਤੂ ਡਿਸਟਰਬ ਹੈ ਹਾਂ ਤਾਂ ਕਿੰਨਾ ਕਨੈਕਟਡ ਹੋ ਗਿਆ ਹਾਰੋਸਕੋਪ ਨਾਲ ਨੰਬਰ ਹਮ ਦੇਖੋ ਕੋਈ ਨਾ ਕੋਈ ਚੀਜ਼ ਤਾਂ ਚੱਲ ਰਹੀ ਹੈ ਨਾ ਜਿੱਥੋਂ ਬਿਨਾ ਬੰਦੇ ਦੱਸੇ ਪਤਾ ਲੱਗ ਰਿਹਾ ਕੀ ਹੈ ਹੂੰ ਠੀਕ ਹੈ ਨਾ ਨੰਬਰ ਹੈ ਵਾਹ ਇਹ ਯੂਨੀਵਰਸਲ ਕਿ ਨੰਬਰ ਹੀ ਹੈ ਯੂਨੀਵਰਸਲ ਨੰਬਰ ਹੈ ਦੇਖੋ ਸਾਰਾ ਕੁਝ ਨੰਬਰ ਦੇ ਅਧੀਨ ਹੈ ਨੰਬਰ ਨਾ ਹੋਵੇ ਤੁਸੀਂ ਗਿਣਤੀ ਨਹੀਂ ਕਰ ਸਕਦੇ ਸਾਰਾ ਕੁਝ ਆਪਣਾ ਚੱਲ ਹੀ ਨੰਬਰ ਤੇ ਰਿਹਾ ਨੰਬਰ ਹੀ ਹੈ ਹੂੰ ਦੇਖਿਆ ਜਾਵੇ ਤਾਂ ਤਾਂ ਇੱਕ ਸਾਇੰਸ ਜਾਂ ਕੈਲਕੂਲੇਸ਼ਨ ਕਹਿ ਸਕਦੇ ਤੁਸੀਂ ਇਹਨੂੰ ਹੂੰ ਬਹੁਤ-ਬਹੁਤ ਸ਼ੁਕਰੀਆ ਸੁਸ਼ੀਲ ਜੀ ਤੁਸੀਂ ਆਰ 19 ਦੀ ਵੀਡੀਓ ਆਈ ਔਰ ਬਹੁਤ ਹੀ ਜਿਹੜੀਆਂ ਭਰਪੂਰ ਜਾਣਕਾਰੀ ਤੁਸੀਂ ਦਿੰਨੇ ਹੋ ਨਾ ਇਹ ਅੱਜ ਆਪਾਂ ਡਿਸਕਸ ਕੀਤਾ ਨੰਬਰੋਲੋਜੀ ਬਾਰੇ ਔਰ ਪਿਛਲੇ ਐਪੀਸੋਡ ਚ ਆਪਾਂ ਵਾਸਤੂ ਬਾਰੇ ਡਿਸਕਸ ਕੀਤਾ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਇਹ ਐਪੀਸੋਡ ਪਹਿਲੇ ਨਾਲੋਂ ਵੀ ਜ਼ਿਆਦਾ ਪਸੰਦ ਆਵੇਗਾ ਸੋ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਦੇ ਰਿਹਾ ਕਰੋ ਕਿ ਅਸੀਂ ਹੋਰ ਕਿਹੜੇ ਐਪੀਸੋਡ ਕਿਸ ਵਿਸ਼ੇ ਤੇ ਲੈ ਕੇ ਆਈਏ ਇਸੇ ਨਾਲ ਹੀ ਮੈਂ ਇੱਕ ਵਾਰੀ ਫਿਰ ਸੁਸ਼ੀਲ ਬਰਮਾ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੁਸੀਂ ਆਏ ਔਰ ਬਹੁਤ ਹੀ ਅੱਛੀ ਜਾਣਕਾਰੀ ਦਿੱਤੀ ਥੈਂਕ ਯੂ ਬਹੁਤ-ਬਹੁਤ ਧੰਨਵਾਦ